ਜਸਟਿਸ ਦੇਖ ਰਹੇ ਤੁਸੀਂ, ਮੈਂ KP ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਲੋਕ ਸਭਾ ਚੋਣਾਂ ਦੇ ਨਤੀਜੇ ਆਏ ਤਾਂ ਸਭ ਤੋਂ ਜ਼ਿਆਦਾ ਚਿੰਤਾ ਵਿੱਚ ਪਾ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ, ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚਿੰਤਾ ਇਸ ਗੱਲ ਦੀ ਹੈ ਕਿਉਂਕਿ ਕਈ ਥਾਵਾਂ 'ਤੇ BSP ਨਾਲੋਂ ਵੀ ਵੋਟ ਸ਼ੇਅਰ ਆ ਜਿਹੜਾ ਉਹ ਖਤਰਨਾਕ ਪੱਧਰ 'ਤੇ ਪਹੁੰਚ ਗਿਆ। ਹਾਲਾਂਕਿ ਚਰਚਾ ਸਿਰਫ ਇਹੀ ਹੈ ਕਿ BJP ਨਾਲੋਂ ਵੋਟ ਸ਼ੇਅਰ ਡਾਊਨ ਹੋਇਆ, BJP ਅੱਗੇ ਵੱਧ ਗਈ ਹੈ, ਪਰ BSP ਦਾ ਕਿਤੇ ਜ਼ਿਕਰ ਨਹੀਂ ਹੋ ਰਿਹਾ। BSP ਦਾ ਜ਼ਿਕਰ ਇਸ ਕਰਕੇ ਹੋਣਾ ਚਾਹੀਦਾ ਕਿਉਂਕਿ BSP ਨਾਲ ਵੀ ਸਾਂਝੀਵਾਲਤਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ। ਇਸ ਤੋਂ ਬਾਅਦ ਕੋਰ ਕਮੇਟੀ ਦੀ ਬੈਠਕ ਸੱਦੀ ਜਾਂਦੀ ਹੈ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਅਤੇ ਕੋਰ ਕਮੇਟੀ ਦੀ ਬੈਠਕ ਵਿੱਚ ਮੰਥਨ ਕੀਤਾ ਜਾਂਦਾ, ਅਤੇ ਮੰਥਨ ਵਿੱਚੋਂ ਨਿਕਲੇਗਾ ਕਿ ਸਾਨੂੰ ਇਸ ਦਾ ਨਹੀਂ ਪਤਾ, ਪਰ ਮੰਥਨ ਤੋਂ ਪਹਿਲਾਂ ਦੋ ਸ਼ਖਸ ਆ ਜਿਹੜੇ ਉਹ ਕੋਰ ਕਮੇਟੀ ਦੀ ਬੈਠਕ 'ਚੋਂ ਪਾਸੇ ਰਹਿੰਦੇ ਆ। ਇੱਕ ਨੇ ਸਿਕੰਦਰ ਸਿੰਘ ਮਲੂਕਾ, ਇੱਕ ਨੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ। ਇਹ ਕਿਉਂ ਪਾਸੇ ਰਹਿੰਦੇ ਆ, ਇਹੀ ਸਵਾਲ ਵੱਡਾ। ਬੈਠਕ ਦੇ ਵਿੱਚੋਂ ਕੀ ਨਿਕਲੇਗਾ ਉਹ ਬਾਅਦ ਦੀ ਗੱਲ ਹੈ, ਪਰ ਇਸ ਵਕਤ ਸਵਾਲ ਸਾਡੇ ਅੱਗੇ ਇਹ ਆ ਕਿ ਸੰਕਟ 'ਚ ਅਕਾਲੀਆਂ ਦਾ ਇੱਕ ਆ। ਇਸ ਮੰਥਨ ਵਿਚਾਲੇ ਬਿਆਨਬਾਜ਼ੀ ਕੀ ਹੋਇਆ ਪਹਿਲਾਂ ਸੁਣ ਲਈਏ। ਮੀਟਿੰਗ ਅੱਗੇ 4 ਬਾਈ ਇਲੈਕਸ਼ਨ ਆਏ ਆ, ਕੀ ਸਟ੍ਰੈਟਜੀ ਬਣਾਉਣੀ ਹੈ ਅਤੇ ਪਾਰਟੀ ਦਾ ਅੱਗੇ ਕੀ ਪਲਾਨ ਹੈ, ਉਸ ਵਾਸਤੇ ਮੀਟਿੰਗ ਸੱਦੀ। ਦੇਖੋ, ਹਰ ਬੰਦਾ ਆਪਣਾ ਆਪਣਾ ਸੁਝਾਅ ਦਿੰਦਾ, ਹਰ ਇੱਕ ਨੂੰ ਇਹੀ ਰਾਏ ਆ ਵੀ ਮਿਲ ਕੇ ਪਾਰਟੀ ਪ੍ਰਧਾਨ ਨੂੰ ਪਹਿਲਾਂ ਕੋਈ ਆਪਣੀ ਰਾਏ ਦੇਵੇ, ਅਤੇ ਫਿਰ ਕੰਸੈਂਸਸ ਤਿਆਰ ਹੋਣ ਕਰਕੇ ਕੋਈ ਨੀਤੀ ਬਣਾਈ ਜਾਵੇ। ਮੇਰੀ ਵੀ ਆਪਣੀ ਰਾਏ ਆ ਵੀ ਹਰ ਬੰਦੇ ਨੂੰ ਆਪਣੀ ਆਪਣੀ ਰਾਏ ਪਾਰਟੀ ਪ੍ਰਧਾਨ ਨੂੰ ਮਿਲ ਕੇ ਨਿੱਜੀ ਤੌਰ 'ਤੇ ਜਾਂ ਇੱਕ ਦੋ ਬੰਦੇ ਇਕੱਠੇ ਜੋ ਵੀ ਸਮਝਣ ਉਹ ਦਿੱਤਾ ਕਿ ਪਾਰਟੀ ਨੂੰ ਭਵਿੱਖ ਵਿੱਚ ਸਰਵ ਪ੍ਰਮਾਣਿਤ ਜਾਂ ਲੋਕ ਪ੍ਰਮਾਣਿਤ ਕਿਵੇਂ ਬਣਾਇਆ ਜਾਵੇ, ਇਹ ਸਾਡੇ ਲਈ ਸੋਚਣ ਦੀ ਲੋੜ। ਅੱਜ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਦਾ ਭਾਰ ਵੱਧ ਰਿਹਾ, ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਸਾਹਮਣੇ ਆ ਰਹੀਆਂ ਨੇ। ਸਾਡੀ ਚਿੰਤਾ ਇਹ ਆ ਕਿ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਔਰ ਸਭ ਤੋਂ ਵੱਧ ਕ੍ਰੈਡੀਬਿਲਟੀ ਹੈ ਜਿਸ ਪਾਰਟੀ ਦੀ, ਉਹ ਸ਼੍ਰੋਮਣੀ ਅਕਾਲੀ ਦਲ, ਅਤੇ ਇਸ ਪਾਰਟੀ ਨੂੰ ਮਤਲਬ ਅਸੀਂ ਕਿਵੇਂ ਸਾਹਮਣੇ ਮਜ਼ਬੂਤੀ ਵਿੱਚ ਲੈ ਕੇ ਆਉਣਾ, ਇਹ ਸਾਡੇ ਸਾਹਮਣੇ ਸਵਾਲ ਆ। ਮੈਂ ਕਹਿੰਦਾ ਕਿ ਜੋ ਕੋਈ ਸੁਝਾਅ ਦਿੰਦਾ ਉਹਨੂੰ ਪਾਰਟੀ ਬਹਿ ਕੇ ਸੁਝਾਅ ਦੇਣਾ ਚਾਹੀਦਾ। ਕਦੇ ਪਾਰਟੀ ਜਾਂ ਘਰ ਜਾਂ ਪਰਿਵਾਰ ਜਾਂ ਦੇਸ਼, ਜਦੋਂ ਕਿਤੇ ਜੰਗ ਲੱਗੀ ਹੁੰਦੀ ਹੈ ਉਦੋਂ ਦੇਸ਼ ਦੇ ਉਸ ਪਾਰਟੀ ਦੇ ਵਿੱਚ ਮੁਕਤਾ ਚੇਨੇ ਨਹੀਂ ਹੁੰਦੀਆਂ, ਉਦੋਂ ਉਸ ਜੰਗ ਨੂੰ ਜਿੱਤਣ ਵਾਸਤੇ ਇਕੱਠੇ ਹੋ ਕੇ ਸਜੋੜਨਾ ਪੈਂਦਾ, ਸਾਰਿਆਂ ਨੂੰ ਜਰਨੈਲ ਦੇ ਨਾਲ ਖੜਨਾ ਪੈਂਦਾ। ਇਸ ਕਰਕੇ ਜੋ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਨੇ, ਕਹਿੰਦੇ ਅਸੀਂ ਸਹੀ ਅਕਾਲੀ ਦਲ ਦੀ ਸੋਚ ਦੇ ਬੰਦੇ ਹਾਂ, ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਪਾਰਟੀ ਨੂੰ ਇਕੱਠੇ ਹੋ ਕੇ ਸਿਰਜੋੜ ਕੇ ਲੜਨਾ ਚਾਹੀਦਾ। ਕੋਈ ਐਸੀ ਗੱਲ ਨਹੀਂ, ਅਨੇਕਾਂ ਵਾਰਾਂ ਜ਼ਿੰਦਗੀ ਖੇਤਾਂ ਉੱਤੇ ਹੁੰਦਾ ਜਿਵੇਂ ਸੂਰਜ ਚੜ੍ਹਿਆ ਛਿਪਿਆ ਨਹੀਂ ਰਹਿੰਦਾ, ਵੀ ਜੇਕਰ ਨਾ ਜਿੱਤਦੇ ਹੀ ਸਾਰੇ ਭਾਈਵਾਲ ਹੁੰਦੇ ਆ, ਮੈਨੂੰ ਪਤਾ ਹੈ ਜਿੱਤਦੇ ਭਾਈਵਾਲ ਹੁੰਦੇ ਆ, ਠੀਕ ਹੈ, ਨਹੀਂ ਆਏ ਕੋਈ ਮਜਬੂਰੀ ਵੀ ਹੋ ਸਕਦੀ ਹੈ, ਬਾਕੀ ਜਿੱਤੇ ਹੁੰਦੇ ਦੌਰਾਨ ਹੋਰ ਹੋਣੀ ਹੈ ਬਾਈ ਚਾਂਸ, ਠੀਕ ਹੈ, ਸਰਕਮਸਟਾਂਸ ਜਿਹੋ ਜਿਹੇ ਬਣੇ ਆ, ਜਿਹੋ ਜਿਹੀ ਪੋਲਰਾਈਜੇਸ਼ਨ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਹੋਈ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਸਮਝ ਆਉਂਦੀਆਂ ਵੀ ਕਿੱਧਰ ਨੂੰ ਗਈ ਹੈ ਪੋਲੀਟਿਕਸ ਪੰਜਾਬ ਦੀ। ਪਰ ਪੰਜਾਬ ਜਿਹੜਾ ਬੜੀ ਸੈਕੂਲਰ ਸਟੇਟ ਹੈ ਸ਼ੁਰੂ ਤੋਂ, ਮੈਂ ਤਾਂ ਕਹੂੰਗਾ ਇੱਥੇ ਜਿਹੜੀਆਂ ਇਹ ਪ੍ਰਯੋਗ ਹੋ ਰਿਹਾ ਇਹ ਖਤਰਨਾਕ ਹੈ ਪੰਜਾਬ ਦੇ ਵਿੱਚ। ਬੜਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜੇ ਧਰਮ ਸੰਕਟ 'ਚ ਪਾਇਆ। ਇਸ ਸਵਾਲ 'ਤੇ ਬਹਿਸ ਹੋਵੇਗੀ ਜਿਹੜਾ ਪੈਨਲ ਸਾਡੇ ਨਾਲ ਤਾਰਫ ਕਰਾਂ, ਅਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਹਰਸਿਮਰਤ ਸਿੰਘ ਸਿੱਖ ਬੁੱਧੀਜੀਵੀ ਨੇ ਅਕਸਰ ਪੰਥਕ ਏਜੰਡੇ ਦੀ ਗੱਲ ਕਰਦੇ ਆ, ਅਤੇ ਹੁਣ ਵੀ ਇਹਨਾਂ ਨੇ ਇੱਕ ਨਵੀਂ ਕਿਤਾਬ ਆ ਜਿਹੜੀ ਪੰਥੀ ਝੋਲੀ ਪਾਈ ਆ, ਅਤੇ ਇਸ ਏਜੰਡੇ ਨੂੰ ਸ਼੍ਰੋਮਣੀ ਅਕਾਲੀ ਦਲ ਕਿੰਨਾ ਸਮਝ ਰਿਹਾ, ਅਸੀਂ ਇਸ ਸਮਝਣ ਦੀ ਕੋਸ਼ਿਸ਼ ਕਰਾਂਗੇ। ਹਰਸਿਮਰਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਸਰ। ਗੁਰਪ੍ਰੀਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਨੇ, ਅਤੇ ਬਹੁਤ ਹੀ ਸੰਜੀਦਗੀ ਨਾਲ ਆਪਣੀ ਗੱਲ ਰੱਖਣ ਵਾਲੇ ਆਗੂਆਂ ਵਿੱਚ ਜਾਣੇ ਜਾਂਦੇ ਨੇ, ਅਤੇ ਅੱਜ ਆਪਣੀ ਗੱਲ ਕਿਸ ਤਰੀਕੇ ਨਾਲ ਰੱਖ ਪਾਉਂਦੇ ਨੇ ਅਸੀਂ ਇੰਤਜ਼ਾਰ ਕਰਾਂਗੇ। ਖਾਲਸਾ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ। ਅਮਰਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ, ਅਤੇ ਲੰਮਾ ਸਮਾਂ ਇਹਨਾਂ ਨੇ SGPC ਵਿੱਚ ਸੇਵਾ ਕੀਤੀ ਹੈ,
ਪਰ ਹੁਣ ਢੀਂਡਸਾ ਹਰਾਂ ਦਾ ਸਮਰਥਨ ਕਰਦੇ ਆ, ਪਰ ਸ਼੍ਰੋਮਣੀ ਅਕਾਲੀ ਦਲ ਵਿੱਚ ਹੈਗੇ ਕਿ ਨਹੀਂ ਹੈਗੇ ਉਹ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਮਰਿੰਦਰ ਸਿੰਘ, ਤੁਹਾਡਾ ਬਹੁਤ ਸਵਾਗਤ ਹੈ। ਰਾਜੂ ਵਿਲੀਅਮ ਸੀਨੀਅਰ ਜਰਨਲਿਸਟ ਨੇ, ਰਾਜੂ ਵਿਲੀਅਮ ਹਰਿਆਣ ਨੇ ਸ਼੍ਰੋਮਣੀ ਅਕਾਲੀ ਦਲ ਦੀ ਪੋਲੀਟਿਕਸ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਲੰਮੇ ਸਮੇਂ ਤੋਂ ਇਸ ਪੋਲੀਟਿਕਸ ਨੂੰ ਕਵਰ ਵੀ ਕੀਤਾ ਅਤੇ ਰਾਜੂ ਵਿਲੀਅਮ ਹਰਾਂ ਦਾ ਪਿਛੋਕੜ ਉਸ ਧਰਤੀ ਨੂੰ ਹੈ, ਫਰੀਦਕੋਟ ਦੀ ਨੂੰ, ਜਿੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਕਰੀਅਰ ਆ ਜਿਹੜਾ ਉਹ ਅੱਗੇ ਵਧਾਇਆ, ਸਿਆਸੀ ਸਫ਼ਰ ਅੱਗੇ ਵਧਾਇਆ ਅਤੇ ਦੇਸ਼ ਦੀ ਦੂਜੇ ਨੰਬਰ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਰਾਜੂ ਵਿਲੀਅਮ, ਉਸ ਬਾਰੇ ਕੀ ਬੋਲਣਗੇ ਸਕੂਪਰ ਡੋਟ ਇਨ ਦੇ ਐਡੀਟਰ ਨੇ। ਰਾਜੂ ਵਿਲੀਅਮ, ਤੁਹਾਡਾ ਬਹੁਤ ਸਵਾਗਤ ਹੈ ਸਰ, ਸੀਨੀਅਰ ਜਰਨਲਿਸਟ ਨੇ। ਖਾਲਸਾ ਜੀ, ਖਾਲਸਾ ਜੀ, ਮਲੂਕਾ ਸਾਹਿਬ ਦੀ ਮਜਬੂਰੀ ਹੋ ਸਕਦੀ ਹੈ ਤਾਂ ਨਹੀਂ ਆਏ, ਢੀਂਡਸਾ ਸਾਹਿਬ ਦੀ ਵੀ ਮਜਬੂਰੀ ਹੋ ਸਕਦੀ ਹੈ ਤਾਂ ਨਹੀਂ ਆਏ, ਇਸ ਤੋਂ ਇਲਾਵਾ ਕੋਈ ਜਵਾਬ ਹੈ ਤਾਂ ਸਰ ਪਹਿਲਾ ਸਵਾਲ ਇਹੀ ਹੈ ਸਰ। ਇਹ ਦੇਖੋ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਸੱਦਾ ਦਿੱਤਾ ਗਿਆ, ਮੈਨੂੰ ਨਹੀਂ ਲੱਗਦਾ ਵੀ ਜੇਕਰ ਇਹੋ ਜਿਹੀ ਕੋਈ ਗੱਲ ਹੋਈ ਆ। ਬਾਕੀ ਆ ਵੀ ਤੁਹਾਨੂੰ ਵੀ ਪਤਾ ਸਾਰੀਆਂ ਗੱਲਾਂ ਦਾ, ਪਰ ਇਹ ਆ ਵੀ ਜੇ ਮਲੂਕਾ ਸਾਹਿਬ ਤੇ ਢੀਂਡਸਾ ਸਾਹਿਬ ਇਹ ਗੱਲ ਕਹਿ ਰਹੇ ਨੇ, ਪਰ ਇਹ ਆ ਵੀ ਟੂੰਡਾ ਸਾਹਿਬ ਨੇ ਤਾਂ ਸਿੱਧਾ ਹੀ ਜਿਹੜੇ ਇਲਜ਼ਾਮ ਲਗਾਏ ਨੇ, ਹੋ ਸਕਦਾ ਉਹਨਾਂ ਨੂੰ ਫੇਸ ਨਾ ਕਰ ਪਾਏ ਹੋਣ, ਤਾਂ ਨਾ ਆਉਂਦੇ ਹੋਣ, ਠੀਕ ਹੈ ਨਾ, ਵੀ ਕਹਿਤਾ ਹੋਵੇ ਵੀ ਮੈਨੂੰ ਸੱਦਾ ਨਹੀਂ ਮਿਲਿਆ। ਸੋ ਇਹ ਵੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੈ, ਤੇ ਕੋਰ ਕਮੇਟੀ ਦੇ ਸਾਰੇ ਮੈਂਬਰਸ ਨੂੰ ਹੀ ਸੱਦਾ ਦਿੱਤਾ ਗਿਆ, ਇਹਦਾ ਐਨੀ ਵੀ ਸਪੈਸੀਫਿਕ ਨੂੰ ਦਿੱਤਾ ਗਿਆ। ਮੈਂ ਜਾਣਨਾ ਚਾਹੁੰਦਾ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਝੁੰਦਾ ਸਾਹਿਬ ਨੇ ਇਲਜ਼ਾਮ ਲਾਇਆ, ਉੱਥੇ ਇਹਨਾਂ ਨੇ ਇਕੱਠਿਆਂ ਨੇ ਇੱਕ ਬੈਠਕ ਵੀ ਕੀਤੀ ਹੈ ਅਤੇ ਉਸ ਬੈਠਕ ਵਿੱਚ ਪ੍ਰਕਾਸ਼ ਚੰਦ ਗਰਗ ਢੀਂਡਸਾ ਸਾਹਿਬ, ਪਰਮਿੰਦਰ ਸਿੰਘ ਢੀਂਡਸਾ, ਉਹਨਾਂ ਜ਼ਿਕਰ ਕੀਤਾ ਗਿਆ ਕਿ ਇਹਨਾਂ ਨੇ ਵਿਰੋਧ ਕੀਤਾ ਅਤੇ ਉਹ ਕਹਿੰਦੇ ਵੀ ਕੋਰ ਕਮੇਟੀ ਦੀ ਮੀਟਿੰਗ 'ਚ ਅਸੀਂ ਮੰਗ ਕਰਾਂਗੇ ਕਿ ਸਖ਼ਤ ਫੈਸਲਾ ਲਿਆ ਜਾਵੇ। ਤੁਸੀਂ ਇਹਦਾ ਇਸ਼ਾਰਾ ਕਰ ਰਹੇ ਹੋ ਕਿ ਸਖ਼ਤ ਫੈਸਲਾ ਇਹ ਹੈ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ, ਇਹੋ ਜਿਹੇ ਫੈਸਲੇ ਦੀ ਡਿਮਾਂਡ ਕਰ ਰਿਹਾ ਜਿਹੜੇ ਉੱਥੇ ਸੰਗਰੂਰ 'ਚ ਲੋਕ ਇਕੱਠੇ ਹੋਏ ਆ, ਤੁਹਾਡੇ ਮੈਂਬਰ ਇਕੱਠੇ ਹੋਏ ਆ? ਦੇਖੋ ਜੀ, ਅਸੀਂ ਇਸ ਇਹੋ ਜਿਹੀ ਕੋਈ ਸਾਡੀ ਨਾ ਮਰਜ਼ਾ ਨਹੀਂ, ਪਰ ਹਾਂ ਜੇਕਰ ਕੋਈ ਵੀ ਆਗੂ ਚਾਹੇ ਉਹ ਕੋਈ ਵੀ ਹੋਵੇ, ਜੇ ਕੋਈ ਪਾਰਟੀ ਵਿਰੋਧੀ ਗਤੀਵਿਧੀ ਕਰਦਾ ਹੈ ਤਾਂ ਡਿਸਿਪਲਿਨਰੀ ਐਕਸ਼ਨ ਦਾ ਬਣਦਾ ਹੀ ਹੈ ਨਾ ਜੀ, ਇਹ ਤਾਂ ਕੋਰ ਕਮੇਟੀ ਫੈਸਲਾ ਕਰੇਗੀ। ਬਾਕੀ ਰੈਸਟ ਝੁੰਦਾ ਸਾਹਿਬ ਦੇ ਉੱਤੇ ਹੈ, ਉਹ ਆਪਣੀ ਗੱਲ ਰੱਖਣਗੇ, ਆਪਣਾ ਪੱਖ ਰੱਖਣਗੇ, ਬਾਕੀ ਜੋ ਕੋਰ ਕਮੇਟੀ ਫੈਸਲਾ ਕਰੇਗੀ ਅਖੀਰ ਤਾਂ ਉਹੀ ਹੋਣਾ ਤਾ। ਤੁਹਾਨੂੰ ਖਾਲਸਾ ਜੀ ਇਹ ਲੱਗਦਾ ਕਿ ਜਿਹੜਾ ਏਕਾ ਹੋਇਆ ਸੀਗਾ ਚੋਣਾਂ ਤੋਂ ਪਹਿਲਾਂ ਉਹ ਸੰਕਟ ਵਿੱਚ ਹੈ? ਦੇਖੋ, ਗੱਲ ਏਕੇ ਦੀ ਸੰਕਟ ਨਾ ਸੰਕਟ ਵਾਲੀ ਤਾਂ ਗੱਲ ਹੀ ਨਹੀਂ, ਗੱਲ ਤਾਂ ਇਹ ਆ ਵੀ ਪਾਰਟੀ ਦੇ ਵਿੱਚ ਡਿਸਿਪਲਿਨ ਦੀ, ਜੇਕਰ ਕੋਈ ਪਾਰਟੀ ਦੇ ਵਿੱਚ ਡਿਸਿਪਲਿਨ ਨਹੀਂ ਡਿਸਿਪਲਿਨ ਚੱਲੂਗਾ ਤਾਂ ਫਿਰ ਸਿੱਧੇ ਤੌਰ ਦੇ ਉੱਤੇ ਹੀ ਹੈ ਨਾ ਵੀ ਪਾਰਟੀ ਕਿਵੇਂ ਚੱਲੀ ਜਾਏਗੀ ਜੇ ਡਿਸਿਪਲਿਨ ਨਹੀਂ ਹੈ। ਤਾਂ ਲੱਗਦਾ ਕਿ ਮਲੂਕਾ ਸਾਹਿਬ ਤੇ ਢੀਂਡਸਾ ਸਾਹਿਬ ਨੇ ਇਨਡਿਸਿਪਲਿਨ ਕੀਤਾ? ਦੇਖੋ, ਤੁਹਾਡੇ ਸਾਹਮਣੇ ਹੀ ਹੈ ਨਾ ਜੀ, ਹੁਣ ਜੇ ਝੁੰਦਾ ਸਾਹਿਬ ਕੋਲ ਗੱਲ ਕਰ ਰਹੇ ਨੇ ਤੇ ਕਿਸੇ ਸਬੂਤਾਂ ਦੇ ਆਧਾਰ ਤੇ ਹੀ ਗੱਲ ਕਰਦੇ ਹੋਣਗੇ, ਉਹਨੇ ਕੋਰ ਕਮੇਟੀ 'ਚ ਆਪਣੀ ਸਾਰੀ ਗੱਲ ਰੱਖਣਗੇ ਤੇ ਬਾਅਦ 'ਚ ਜੋ ਕੋਰ ਕਮੇਟੀ ਡਿਸਾਈਡ ਕਰੂਗੀ ਕਿ ਹੋਇਆ ਕਿ ਨਹੀਂ। ਚਲ ਮਿਸਟਰ ਅਮਰਿੰਦਰ ਸਿੰਘ, ਅਮਰਿੰਦਰ ਸਿੰਘ ਉਹ ਕਹਿੰਦੇ ਸੱਦਿਆ ਤਾਂ ਸੀਗਾ, ਆਏ ਨਹੀਂ ਗੇ, ਡਰਦੇ ਆ ਉਹ ਕਿ ਉਹਨਾਂ ਨੂੰ ਪਤਾ ਸਵਾਲ ਕੀਤੇ ਜਾਣਗੇ ਉੱਥੇ। ਦੇਖੋ ਕੇ ਪੀ ਜੀ, ਇਹ ਇਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਸੱਦੇ ਦੀ, ਲੇਕਿਨ ਮੈਂ ਇੱਥੇ ਆਉਣ ਤੋਂ ਪਹਿਲਾਂ ਫੋਨ ਕੀਤਾ ਸੁਖਦੇਵ ਸਿੰਘ ਢੀਂਡਸਾ ਨੂੰ ਅਤੇ ਮੈਂ ਪੁੱਛਿਆ ਕਿ ਜੀ ਤੁਸੀਂ ਅੱਜ ਤੁਹਾਡੀ ਕੋਰ ਕਮੇਟੀ ਦੀ ਮੀਟਿੰਗ ਹੈ, ਕੀ ਤੁਸੀਂ ਜਾ ਰਹੇ ਹੋ, ਕੀ ਪੋਜੀਸ਼ਨ ਹੈ ਤੁਹਾਡੀ? ਅਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਸਾਨੂੰ ਕਿਸੇ ਨੇ ਨਹੀਂ ਬੁਲਾਇਆ। ਹੁਣ ਇਹਨਾਂ ਦੇ ਕੋਲ ਕੀ ਇਨਫੋਰਮੇਸ਼ਨ ਹੈ ਇਹ ਖੁਦ ਦੱਸ ਦੇਣ, ਪਰ ਮੈਂ ਤਾਂ ਡਾਇਰੈਕਟ ਫਰੋਮ ਦੀ ਮਾਊਥ ਆਫ ਜਥੇਦਾਰ ਸੁਖਦੇਵ ਸਿੰਘ ਢੀਂਡਸਾ ਤੁਹਾਨੂੰ ਗੱਲ ਦੱਸ ਰਿਹਾ ਕਿ ਟੈਲੀਫੋਨਿਕਲੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਸਾਨੂੰ ਨਹੀਂ ਸੱਦਿਆ। ਮੈਂ ਕਿਹਾ ਪਰਮਿੰਦਰ ਨੂੰ ਸੱਦਿਆ, ਕਹਿੰਦੇ ਉਹਨਾਂ ਨੂੰ ਵੀ ਨਹੀਂ ਸੱਦਿਆ। ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਪ੍ਰਕਾਸ਼ ਚੰਦ ਗਰਗ ਨੂੰ ਵੀ ਨਹੀਂ ਸੱਦਿਆ ਅਤੇ ਮਲੂਕਾ ਸਿਕੰਦਰ ਸਿੰਘ ਮਲੂਕਾ ਨੂੰ ਵੀ ਨਹੀਂ ਸੱਦਿਆ ਅਤੇ ਹੋਰ ਕਿੰਨਿਆਂ ਨੂੰ ਨਹੀਂ ਸੱਦਿਆ ਇਹਦੇ ਬਾਰੇ ਮੈਨੂੰ ਨਹੀਂ ਪਤਾ, ਪਰ ਇਹ ਚਾਰਾਂ ਨੂੰ ਉਹਨਾਂ ਨੇ ਨਹੀਂ ਸੱਦਿਆ। ਨਹੀਂ, ਮਲੂਕਾ ਸਾਹਿਬ ਅਤੇ ਪ੍ਰਕਾਸ਼ ਚੰਦ ਗਰਗ ਬਾਰੇ ਉਹ ਕਿਉਂ ਕਹਿ ਰਹੇ? ਉਹਨਾਂ ਦੀ ਟੈਲੀਫੋਨਿਕਲੀ ਹੋ ਸਕਦਾ ਹੋਈ ਹੋਵੇ ਗੱਲਬਾਤ,
ਕਿ ਬਈ ਤੁਹਾਨੂੰ ਸੱਦਿਆ ਕਿ ਨਹੀਂ ਸੱਦਿਆ, ਇਹ ਮੈਂ ਨਹੀਂ ਇੰਨਾ ਡਿਟੇਲ ਜਾ ਸਕਦਾ, ਬਟ ਦਿਸ ਇਜ਼ ਵਾਟ ਹੀ ਟੋਲਡ ਮੀ। ਉਹਨਾਂ ਨੇ ਮੈਨੂੰ ਜੋ ਗੱਲ ਕਹੀ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਬਈ ਉਹਨਾਂ ਨੂੰ ਨਹੀਂ ਸੱਦਿਆ ਗਿਆ, ਉਹਨਾਂ ਦੀ ਬੈਕ ਦੇ ਉੱਪਰ ਇਹ ਸਾਰੀ ਮੀਟਿੰਗ ਕੀਤੀ ਜਾ ਰਹੀ ਹੈ, ਕਿਉਂ ਕੀਤੀ ਜਾ ਰਹੀ ਹੈ ਇਹ ਟਾਈਮ ਬਿਲਕੁਲ। ਤੁਸੀਂ ਇਹ ਵੀ ਪੁੱਛ ਲੈਣਾ ਸੀ ਉਹਨਾਂ ਨੂੰ ਕਿ ਮਿਸਟਰ ਝੁੰਦਾ ਹਰਾਂ ਦੀ ਸਪੋਰਟ ਕਿਉਂ ਨਹੀਂ ਕੀਤੀ ਉਹਨਾਂ ਨੇ? ਮੈਂ ਉਹਨਾਂ ਨੂੰ ਇਹ ਪੁੱਛਿਆ, ਮੈਂ ਕਿਹਾ ਜੀ ਤੁਸੀਂ ਤਾਂ ਜਿਵੇਂ ਜਿਸ ਸਮੇਂ ਤੁਸੀਂ ਏਕਾ ਕੀਤਾ ਤੁਸੀਂ ਤਾਂ ਬੜੇ ਮਤਲਬ ਫਕਰ ਨਾਲ ਸਾਰੀ ਪਾਰਟੀ ਨੂੰ ਕਹਿੰਦੇ ਸੀ ਕਿ ਜੀ ਆਪਣਾ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਜੋ ਤੁਸੀਂ ਕਹੋਗੇ ਹੋਏਗਾ ਅਤੇ ਮੈਂ ਬੇਅਦਬੀ ਲਈ ਵੀ ਮਾਫ਼ੀ ਮੰਗਾਂਗਾ। ਮੈਂ ਕਿਹਾ ਅੱਜ ਉਹ ਤੁਹਾਨੂੰ ਬੁਲਾਈ ਨਹੀਂ ਰਿਹਾ ਅਤੇ ਤੁਹਾਡਾ ਕੀ ਸਟੇਟਸ ਹੈ, ਕਿਉਂਕਿ ਉਹੀ ਗਏ ਆ ਸੁਖਬੀਰ ਬਾਦਲ ਦੀ ਅਕਾਲੀ ਦਲ ਦੇ ਵਿੱਚ, ਮੈਂ ਨਹੀਂ ਗਿਆ, ਬਹੁਤ ਸਾਰੇ ਬੰਦੇ ਜਿਹੜੇ ਆ ਉਹ ਗਏ ਨਹੀਂ ਗਏ ਸੁਖਦੇਵ ਸਿੰਘ ਢੀਂਡਸਾ ਦੇ ਨਾਲ, ਅਤੇ ਇਸ ਗੱਲ ਕਰਕੇ ਇਤਰਾਜ਼ ਵੀ ਉਹਨਾਂ ਦਾ ਬਹੁਤ ਹੋਇਆ ਕਿ ਤੁਸੀਂ ਜਦੋਂ ਆਪਾਂ ਬੇਅਦਬੀ ਵਾਲੇ ਮਸਲੇ ਨੂੰ ਲੈ ਕੇ ਸਾਰਾ ਤੋੜ ਵਿਛੋੜਾ ਹੋਇਆ ਹੈ ਕਿ ਇਹਨਾਂ ਨੇ ਬੇਅਦਬੀ ਕਰਵਾਈ ਹੈ 2014 ਤੋਂ ਅੱਜ 2024 ਹੋ ਗਿਆ, 10 ਸਾਲ ਦਾ ਵਿੱਚ ਗੈਪ ਹੈ, ਅਤੇ ਇਸ ਇਸ਼ੂ ਨੂੰ ਲੈ ਕੇ ਜਿਹੜਾ ਸੀਗਾ ਉਹ ਕਹਿੰਦੇ ਜੀ ਮੈਨੂੰ ਉਹਨੇ ਆਸ਼ਵਾਸਨ ਦਿੱਤਾ ਅਤੇ ਪੋਲੀਟਿਕਸ ਦੇ ਵਿੱਚ ਥੋੜ੍ਹੀ ਬਹੁਤੀ ਨਰਮਾਈ ਕਰਨੀ ਪੈਂਦੀ ਹੈ ਕਿਸੇ ਨਾ ਕਿਸੇ ਬੰਦੇ ਨੂੰ ਲਚਕ ਦਿਖਾ ਕੇ। ਮਾਮਲਾ ਅਮਰਿੰਦਰ ਸਿੰਘ ਜੀ ਕਿ ਜੋ ਸੁਖਦੇਵ ਸਿੰਘ ਢੀਂਡਸਾ ਹਰਾਂ ਨੇ ਮੰਗਾਂ ਰੱਖੀਆਂ ਸੀਗੀਆਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਵੀਕਾਰ ਕੀਤੀਆਂ? ਉਹ ਉਹਨਾਂ ਦਾ ਅੱਜ ਮੈਨੂੰ ਇਹ ਕਹਿਣਾ ਕਿ ਉਹ ਬੈਕ ਆਊਟ ਕਰ ਗਿਆ ਸਾਰਿਆਂ ਤੋਂ। ਅੱਜ ਉਹਨਾਂ ਨੇ ਮੈਨੂੰ ਇਸ ਅਸੀਂ ਢੀਂਡਸਾ ਸਾਹਿਬ ਦਾ ਵਿਸ਼ਵਾਸ ਕਿਵੇਂ ਕਰ ਲਈਏ ਜੋ ਢੀਂਡਸਾ ਪਹਿਲਾਂ ਵੱਖ ਹੋਏ ਸੀਗੇ? ਤੁਸੀਂ ਨਾ ਕਰੋ, ਮੈਂ ਤਾਂ ਤੁਹਾਨੂੰ ਜੋ ਟੈਲੀਫੋਨਿਕਲੀ ਮੇਰੀ ਉਹਨਾਂ ਨਾਲ ਜੋ ਗੱਲ ਹੋਈ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ। ਮੈਂ ਉਹਨਾਂ ਨੂੰ ਸਪੈਸੀਫਿਕਲੀ ਪੁੱਛਿਆ, ਮੈਂ ਕਿਹਾ ਜੀ ਤੁਸੀਂ ਤਾਂ ਕਹਿੰਦੇ ਸੀ ਕਿ ਉਹ ਬੇਅਦਬੀ ਦੀ ਮਾਫ਼ੀ ਮੰਗੇਗਾ ਅਤੇ ਜੋ ਅਸੀਂ ਕਹਾਂਗੇ ਉਹ ਕਰੇਗਾ, ਸਾਡੀ ਗੱਲਬਾਤ ਇਸ ਗੱਲ ਤੇ ਨਿਬੜੀ ਹੈ। ਤੁਸੀਂ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ ਅਮਰਿੰਦਰ ਸਿੰਘ। ਬਿਲਕੁਲ, ਮੈਂ ਤਾਂ ਜੋ ਉਹਨਾਂ ਨੇ ਮੈਨੂੰ ਕਿਹਾ ਮੈਂ ਤੁਹਾਨੂੰ ਦੱਸ ਰਿਹਾ। ਗੁਰਪ੍ਰੀਤ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੈਕ ਸਟੈਪ ਕਰਕੇ ਨੇ ਜੋ ਢੀਂਡਸਾ ਸਾਹਿਬ ਨਾਲ ਗੱਲ ਹੋਈ ਸੀ ਸਾਰੀ? ਦੇਖੋ ਜੀ, ਇਹ ਤਾਂ ਗੱਲਾਂ ਇਹਨਾਂ ਨੇ ਤੇ ਕਰਨੀਆਂ ਹੀ ਨੇ, ਕਿਉਂਕਿ ਜੀ ਜੇ ਇਹ ਤਾਂ ਬੇਰ ਤੁੱਕੀਆਂ ਗੱਲਾਂ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਦੀ ਬੈਕ ਸਟੈਪ ਨਹੀਂ ਕਰ ਸਕਦੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੇ ਵਰਕਰਾਂ ਨਾਲ ਖੜੇ ਨੇ ਤੇ ਆਪਣਿਆਂ ਨਾਲ ਖੜੇ ਨੇ। ਦੂਸਰੀ ਗੱਲ, ਐਡੇ ਵੱਡੇ ਪਲੈਟਫਾਰਮ ਤੇ ਤੁਸੀਂ ਇਹ ਕਹਿੰਦੇ ਹੋ ਜੀ ਉਹਨਾਂ ਨੇ ਬੇਇੱਜ਼ਤੀ ਕਰਵਾਈ, ਤੁਹਾਡੇ ਕੋਲ ਕੋਈ ਸਬੂਤ ਹੈ? ਬਗੈਰ ਸਬੂਤਾਂ ਤੋਂ ਕੋਈ ਗੱਲ ਨਾ ਕਰਿਓ ਜੀ। ਇਹ ਤਾਂ ਮਹਾਰਾਜ ਦਾ ਸਰੂਪ, ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਲਈ ਸਤਿਕਾਰਯੋਗ ਨੇ। ਸ਼੍ਰੋਮਣੀ ਅਕਾਲੀ ਦਲ ਦੇ ਤਾਂ ਵਿਸ਼ੇਸ਼ ਤੌਰ ਦੇ ਉੱਤੇ ਹੈ, ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਸਾਡੇ ਉਸ ਤੋਂ ਉੱਪਰ ਤਾਂ ਕੁਛ ਵੀ ਨਹੀਂ ਸਾਡੇ ਲਈ। ਤੁਸੀਂ ਇਹ ਗੱਲ ਕਿਤੇ ਕਹਿ ਸਕਦੇ ਹੋ ਜੀ ਉਹਨਾਂ ਨੇ ਬੇਇੱਜ਼ਤੀ ਕਰਵਾਈ? ਅਮਰਿੰਦਰ ਸਿੰਘ ਤੁਸੀਂ ਨਾ ਜੀ ਐਵੇਂ ਵੱਡੇ ਵੱਡੇ ਪਲੈਟਫਾਰਮ ਉੱਤੇ ਬੈਠ ਕੇ ਮੈਂ ਖਾਲਸਾ ਜੀ ਮੈਂ ਤੁਹਾਡਾ ਸਵਾਲ ਲੈ ਰਿਹਾ ਮੈਨੂੰ ਟੀਆਰਪੀ ਦੀ ਕੋਈ ਲੋੜ ਨਹੀਂ ਹੈ। ਆਈ ਐਮ ਆਲਰੇਡੀ ਵੈਰੀ ਪਾਪੂਲਰ ਐਂਡ ਆਈ ਐਮ ਕੰਟੈਂਟਡ। ਮੈਂ ਆਪਣੇ ਘਰ ਬੈਠਾ ਨਹੀਂ। ਅਮਰਿੰਦਰ ਸਿੰਘ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਹੋ ਸਾਰਾ ਉਹਦਾ ਕੋਈ ਬੇਸ ਨਹੀਂ। ਬਿਲਕੁਲ, ਦਿਸ ਇਜ਼ ਮਾਈ ਪਰਸੈਪਸ਼ਨ। ਮੈਂ ਬਿਲੀਵ ਕਰਦਾ ਹਾਂ ਸੁਮੇਧ ਸੈਣੀ ਤੋਂ ਗੋਲੀ ਮਰਵਾ ਕੇ ਬੰਦੇ ਮਰਵਾਏ ਗਏ ਆ, ਉਹ ਕੀ ਸੀਗਾ? ਜੇ ਬੇਅਦਬੀ ਨਹੀਂ ਕਰਵਾਈ ਬੰਦੇ ਕਿਉਂ ਮਰਵਾਏ ਇਹਨਾਂ ਨੇ? ਕਿਉਂ ਗੋਲੀਆਂ ਚਲਵਾਈਆਂ ਬੰਦਿਆਂ ਦੇ ਉੱਪਰ? ਕਿਉਂ ਗੰਦਾ ਪਾਣੀ ਛਿੜਕਵਾਇਆ? ਮੈਂ ਇੱਕ ਛੋਟਾ ਬ੍ਰੇਕ ਖਾਲਸਾ ਜੀ ਆ ਰਿਹਾ, ਮੈਂ ਇੱਕ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਸਵਾਲ ਬਹੁਤ ਸਾਰੇ ਨੇ ਅਤੇ ਪਰ ਇਹਨਾਂ ਸਵਾਲਾਂ ਦੇ ਵਿਚਾਲੇ ਜਿਹੜੀ ਏਕਤਾ ਹੋਈ ਸੀ ਉਹਨਾਂ 'ਤੇ ਸਵਾਲ ਬਹੁਤ ਸਾਰੇ ਉੱਠਣੇ ਸ਼ੁਰੂ ਹੋ ਗਏ ਆ। ਵਾਪਸ ਮੁੜ ਤੋਂ ਤੁਹਾਡਾ ਸਵਾਗਤ ਅਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜੇ ਧਰਮ ਸੰਕਟ 'ਚ ਪਾਇਆ? ਰਾਜੂ ਵਿਲੀਅਮ ਇਕੱਲੇ ਮਲੂਕਾ ਸਾਹਿਬ ਅਤੇ ਢੀਂਡਸਾ ਸਾਹਿਬ 'ਤੇ ਫੋਕਸ ਕਿਉਂ ਹੋ ਗਿਆ? ਇਹ ਐਡਾ ਵੱਡਾ ਮੰਥਨ ਹੈ, ਉਹ ਫੋਕਸ ਸਿਰਫ ਮਲੂਕਾ ਸਾਹਿਬ ਅਤੇ ਢੀਂਡਸਾ ਸਾਹਿਬ ਤੱਕ ਹੋ ਗਿਆ? ਇਹੀ ਕੇਪੀ ਜੀ, ਅਕਾਲੀ ਦਲ ਦਾ ਜਿਹੜਾ ਮੌਜੂਦਾ ਸੰਕਟ ਹੈ ਉਹਦੀ ਜੜ੍ਹੀ ਇਹ, ਕਾਰਨ ਵੀ ਇਹ ਹੈ ਕਿ ਆਪਸੀ ਵਖਰੇ ਨੇ। ਗੱਲ ਹੋਣੀ ਚਾਹੀਦੀ ਸੀਗੀ ਕਿ ਪੂਰੀ ਸਮੁੱਚੀ ਜਮਾਤ ਨੂੰ ਸ਼੍ਰੋਮਣੀ ਅਕਾਲੀ ਦਲ ਇਤਿਹਾਸਕ ਤੌਰ 'ਤੇ ਔਰ ਅੱਜ ਵੀ ਉਹਦੀ ਜਿਹੜੀ ਭੂਮਿਕਾ ਹੈ ਪੰਜਾਬ ਦੇ ਵਿੱਚ, ਪੰਜਾਬੀ ਰਾਜਨੀਤੀ 'ਚ ਬਹੁਤ ਨਿਰਣਾਇਕ ਅਤੇ ਨੁਮਾਇਆ ਜਮਾਤ ਹੈ, ਰਾਜਨੀਤਿਕ ਜਮਾਤ। ਇਹਦੇ 'ਤੇ ਕਿਸੇ ਕਿਸਮ ਦਾ ਜਦੋਂ ਸੰਕਟ ਆਉਂਦਾ ਹੈਗਾ ਤਾਂ ਉਹਦੇ ਨਾਲ ਪੂਰੇ ਪੰਜਾਬ ਦਾ ਇੱਕ ਮਾਹੌਲ ਜਿਹੜਾ ਉਹ ਪ੍ਰਭਾਵਿਤ ਹੁੰਦਾ। ਇਹ ਸਿਰਫ ਸਿੱਖਾਂ ਦੀ ਗੱਲ ਨਹੀਂ ਹੈਗੀ, ਇਹਦੇ ਵਿੱਚ
ਇਹਦੇ 'ਚ ਜਿਹੜੇ ਗੈਰ ਸਿੱਖ ਵਸੋਂ ਹੈਗੀ ਹੈ ਉਹ ਵੀ ਪ੍ਰਭਾਵਿਤ ਹੁੰਦੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਤੱਥ ਦੱਸਦੇ ਨੇ, ਇਤਿਹਾਸ ਦੱਸਦਾ ਕਿ ਜਦੋਂ ਵੀ ਉਹ ਸੱਤਾ 'ਚ ਰਿਹਾ, ਪਾਵਰ 'ਚ ਰਿਹਾ ਹੈਗਾ, ਤਾਂ ਉਹ ਸਿਰਫ ਨਿਰੋਲ ਸਿੱਖ ਭਾਈਚਾਰੇ ਦੀ ਵੋਟ ਦੇ ਕਾਰਨ ਨਹੀਂ ਰਿਹਾ ਹੈਗਾ, ਸਾਰਿਆਂ ਦੇ ਸਮੁੱਚੇ ਤੌਰ 'ਤੇ। ਹੁਣ ਮਸਲਾ ਕੀ ਖੜਾ ਹੋ ਰਿਹਾ, ਇਹ ਜਿਹੜਾ ਸੰਕਟ ਹੈਗਾ ਉਹ ਹੈ ਕਿ ਇਹ ਜਿਹੜੇ ਨੇਤਾ ਜਿਹੜੇ ਇਹਨਾਂ 'ਚ, ਜਿਵੇਂ ਹੁਣ ਆਹ ਹੁਣ ਆਪਾਂ ਜਿਹੜਾ ਤੁਹਾਡੀ ਇਸ ਚਰਚਾ ਦੇ ਵਿੱਚ ਹੀ ਸਾਹਮਣੇ ਆ ਰਿਹਾ, ਕੋਈ ਨਵੀਂ ਗੱਲ ਨਹੀਂ ਹੋ ਰਹੀ, ਇਸ ਤੋਂ ਪਹਿਲਾਂ ਇਹ ਜਿਹੜੇ ਵਖਰੇਵੇਂ ਹੈਗੀ ਹੈ ਇਹ ਕਿਉਂ ਪੈਦਾ ਹੋ ਰਹੇ। ਔਰ ਮੈਨੂੰ ਇਹ ਜਾਪਦਾ ਹੈਗਾ ਕਿ ਇਹ ਵਖਰੇਵੇਂ ਇਹ ਜਦੋਂ ਇਹ ਉਦੋਂ ਕੋਈ ਵੀ ਪਾਰਟੀ ਜਿਹੜੀ ਹੈਗੀ ਹੈ ਉਦੋਂ ਖਿਲਰਦੀ ਹੈਗੀ ਹੈ ਜਦੋਂ ਉਹਦੀ ਜਿਹੜੀ ਉਹਦੀ ਜਿਹੜੀ ਲੀਡਰਸ਼ਿਪ ਹੈਗੀ ਹੈ ਉਹ ਕਮਜ਼ੋਰ ਹੋ। ਔਰ ਇਹੀ ਕਰਕੇ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਲੀਡਰਸ਼ਿਪ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਪਾਰਟੀ ਦੇ ਅੰਦਰੋਂ ਹੀ। ਉਹ ਥੋੜ੍ਹਾ ਬਹੁਤਾ ਜਿਹਾ ਇੱਕ ਕੋਸਮੈਟਿਕ ਇੱਕ ਐਕਸਰਸਾਈਜ਼ ਹੋ ਰਹੀ ਹੈ, ਲੇਕਿਨ ਮਸਲਾ ਇੱਥੇ ਖੜਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈਗੀ ਆ ਉਹਦਾ ਇੱਕ ਇਹ ਕ੍ਰਾਈਸਿਸ ਹੈ। ਔਰ ਇਸ ਕ੍ਰਾਈਸਿਸ ਇਹ ਸੰਕਟ ਨੈਤਿਕ ਹੈਗਾ, ਕਿਉਂਕਿ ਜਿਹੜੇ ਸਿੱਖੀ ਸਿਧਾਂਤਾਂ ਦੀ ਇਹ ਗੱਲ ਕੀਤੀ ਜਾ ਰਹੀ ਹੈ, ਜਦੋਂ ਵੀ ਹੁਣ ਤੁਸੀਂ ਆਪਣੀ ਪ੍ਰਸਤਾਵਨਾ ਦੇ ਵਿੱਚ ਦਿਖਾਇਆ ਸੀਗਾ ਕਿ ਉਹ ਬੋਲ ਰਹੇ ਸੀਗੇ ਅਕਾਲੀ ਨੇਤਾ, ਜਦੋਂ ਵੀ ਗੱਲ ਕਰਦੇ ਵੀ ਸਾਡਾ ਸਿੱਖ ਇਤਿਹਾਸ, ਅਕਾਲੀ ਦਲ ਦੇ ਇਤਿਹਾਸ, ਐਡੀਆਂ ਐਡੀਆਂ ਸਵਾਲ ਹੈ ਕਿ ਸਿੱਖ ਜਗਤ ਜਿਹੜਾ ਹੈਗਾ ਸਿੱਖ ਭਾਈਚਾਰਾ ਵੀ ਉਹ ਕਹਿੰਦਾ ਹੈ ਕਿ ਠੀਕ ਹੈ ਸਾਡਾ ਸੁਨਹਿਰਾ ਕਾਲ ਸੀ, ਉਹ ਜਿਹੜਾ ਅਕਾਲੀ ਦਲ ਸੀਗਾ ਉਹਦੀ ਜਿਹੜੀ ਲੀਡਰਸ਼ਿਪ ਸੀਗੀ ਉਹਦੇ ਸਿਰਮੌਰ ਨੇਤਾ ਉਹਨਾਂ ਦਾ ਕਿਰਦਾਰ ਜਿਹੜਾ ਉੱਚਾ ਤੇ ਸੁੱਚਾ ਸੀ, ਇਸ ਕਰਕੇ ਅਕਾਲੀ ਦਲ ਜਿਹੜਾ ਹੈਗਾ ਉਹ ਰਾਜਨੀਤੀ ਦੀਆਂ ਔਰ ਉੱਚਾ ਜਿਹੜੀਆਂ ਉਚਾਣਾਂ ਜਿਹੜੀਆਂ ਉਹਨੇ ਛੋਹੀਆਂ ਹੈਗੀਆਂ। ਹੁਣ ਸਵਾਲ ਹੁੰਦਾ ਕਿ ਲੋਕੀ ਫਿਰ ਤੁਹਾਡਾ ਮੁਕਾਬਲਾ ਕਰਦੇ ਨੇ ਕਿ ਬਈ ਉਹ ਤਾਂ ਇੱਦਾਂ ਦੇ ਲੀਡਰ ਸੀਗੇ ਤੇ ਤੁਹਾਡੀ ਲੀਡਰਸ਼ਿਪ ਕਿਸ ਕਿਸਮ ਦੀ। ਉਦੋਂ ਹੀ ਉਸ ਕੰਟੈਕਸਟ ਦੇ ਵਿੱਚ ਇੱਦਾਂ ਦੇ ਸਵਾਲ ਆਉਣਗੇ ਜਿਵੇਂ ਆਹ ਬੇਅਦਬੀ ਵਾਲਾ ਅਮਰਿੰਦਰ ਹੋਰਾਂ ਨੇ ਸਵਾਲ ਚੁੱਕਿਆ ਔਰ ਜਿਹਦਾ ਜਵਾਬ ਜਿਹੜਾ ਹੈਗਾ ਗੁਰਪ੍ਰੀਤ ਜੀ ਜਿਹੜਾ ਹੈਗਾ ਦੇ ਰਹੇ ਨੇ। ਹੁਣ ਇਹ ਜਵਾਬ 'ਚ ਸਹੀ ਕੌਣ ਹੈ, ਫੈਸਲਾ ਕੌਣ ਹੈ, ਇਹ ਦੋ ਧਿਰਾਂ ਹੈਗੀਆਂ, ਕੌਣ ਕਰੇਗਾ? ਇਹ ਪਾਰਟੀ ਦੇ ਅੰਦਰ ਨਾ ਵਖਰੇਵਾ, ਇਹਨੂੰ ਸੁਲਝਾਉਣਾ ਪਾਰਟੀ ਦੇ ਅੰਦਰ। ਜਦੋਂ ਤੀਕਰ ਇਹ ਨਹੀਂ ਹੁੰਦਾ ਉਦੋਂ ਤੀਕਰ ਇੱਕਾ ਦੁੱਕਾ ਸੀਟ ਤੁਸੀਂ ਜਿੱਤ ਲਓਗੇ, ਜਿਵੇਂ ਬਠਿੰਡੇ ਦੀ ਜਿੱਤ ਲਈ ਹੈ, ਪੂਰੇ ਪੰਜਾਬ ਦੇ ਵਿੱਚ ਬਾਕੀ ਦੀਆਂ ਸੀਟਾਂ ਦੇ ਉੱਤੇ ਤੁਹਾਡੀਆਂ ਜਮਾਨਤਾਂ ਜ਼ਬਤ ਹੋ ਗਈਆਂ, ਅਨਪ੍ਰੈਸੀਡੈਂਟਡ ਹੈ, ਸੋਚਿਆ ਨਹੀਂ ਜਾ ਸਕਦਾ। ਤੁਸੀਂ ਕਹਿੰਦੇ ਸਿੱਖਾਂ ਦੀ ਪਾਰਟੀ ਹੈ, ਪੰਜਾਬ ਸਿੱਖ ਭਾਈਚਾਰੇ ਦਾ ਜਿਹੜਾ ਹੈਗਾ ਬਹੁਤ ਸੰਖਿਆ ਮੈਜੋਰਟੀ ਇੱਥੇ, ਉੱਥੇ ਕਿਵੇਂ ਆਓ? ਔਰ ਜਿਹੜੀ ਪਾਰਟੀ ਨਾਲ ਤੁਹਾਡਾ ਨਾਤਾ ਟੁੱਟਿਆ ਹੈਗਾ ਉਹ ਪਾਰਟੀ ਦੀਆਂ ਅਕਾਲੀ ਦਲ ਦੀਆਂ 10 ਸੀਟਾਂ ਦੇ ਜਮਾਨਤ ਜ਼ਬਤੀ, ਉਹਨਾਂ ਦੀਆਂ 4 ਤੇ ਹੋਈ, ਉਹਨਾਂ ਦਾ ਵੋਟ ਸ਼ੇਅਰ ਹੈਗਾ ਡਬਲ ਜਿਹੜਾ ਹੋ ਗਿਆ ਹੈਗਾ, ਤੁਹਾਡਾ 27% 2019 ਦੇ ਮੁਕਾਬਲੇ 13% ਰਹਿ ਗਿਆ। ਇਹਦੇ ਲਈ ਸਰ ਕਈ ਥਾਵਾਂ ਤੇ ਬੀਐਸਪੀ ਵੀ ਅੱਗੇ ਆ ਸਰ, ਕਈ ਥਾਵਾਂ ਤੇ ਬੀਐਸਪੀ ਵੀ ਅੱਗੇ ਆ ਸਰ, ਚਲੋ ਮੰਨ ਲੈਂਦੇ ਹਾਂ, ਪਰ ਉਹੀ ਹੈ ਨਾ ਫਿਰ ਇਹ ਸੰਕਟ ਹੋਰ ਵੀ ਜਿਹੜਾ ਹੈਗਾ ਮਤਲਬ ਵੀ ਬੜੀ ਤਰਸਯੋਗ ਹਾਲਤ ਹੈਗੀ ਹੈ। ਇਸੇ ਕਰਕੇ ਅੱਜ ਜਿਹੜੀ ਚਿੱਠੀ ਜਿਹੜੀ ਹੈ ਸਰਕੂਲੇਸ਼ਨ ਦੇ ਵਿੱਚ ਹੈਗੀ ਹੈ ਜਿਹੜੀ ਚਰਨਜੀਤ ਸਿੰਘ ਬਰਾੜ ਹੋਰਾਂ ਦੀ ਹੈ, ਉਹਦੇ ਵਿੱਚ ਤਾਂ ਉਹਨਾਂ ਨੇ ਇੱਥੋਂ ਤੱਕ ਵੀ ਮਤਲਬ ਵੀ ਉਹਨਾਂ ਦੀ ਜਿਹੜੀ ਹੈ ਬੇਉਮੀਦੀ ਇੱਥੋਂ ਤੱਕ ਹੈਗੀ ਆ ਕਿ ਉਹ ਕਹਿੰਦੇ ਕਿ ਜੀ ਇਹ ਇਸ ਕਰਕੇ ਹੋ ਰਿਹਾ ਸਾਡੀ ਹਾਲਤ ਮਾੜੀ ਹੋਈ ਕਿਉਂਕਿ ਪਰਮਾਤਮਾ ਸਾਡੇ ਤੋਂ ਰੁੱਸਿਆ ਹੋਇਆ। ਇਹ ਗੱਲ ਵਿਅਕਤੀ ਉਦੋਂ ਕਰਦਾ ਹੁੰਦਾ ਜਦੋਂ ਤੁਹਾਡੀ ਅਕਲ ਜਵਾਬ ਦੇ ਜਾਵੇ, ਤੁਹਾਡੀ ਵਿਉਂਤਬੰਦੀ ਉਹ ਜਿਹੜੀ ਹੈਗੀ ਉਹ ਜਵਾਬ ਦੇ ਜਾਵੇ, ਤਾਂ ਫਿਰ ਕਿਉਂ ਮਤਲਬ ਇਸ ਹਾਲਤ ਨੂੰ ਸੁਧਾਰਨ ਦੇ ਲਈ ਇਹ ਕਿਸੇ ਬਾਹਰੋਂ ਆ ਕੇ ਨਾ ਕਿਸੇ ਨੇ ਕਰਨਾ, ਇਹ ਅੰਦਰੋਂ ਹੋਣਾ ਹੈ। ਹੁਣ ਇਹਦੇ ਕਾਰਨ ਇਸ ਵੇਲੇ ਹੈ, ਕਾਰਨ ਇਹ ਲੱਭਣ ਦੀ ਲੋੜ ਹੈ ਵੀ ਜੇ ਹੋ ਰਿਹਾ ਤਾਂ ਕਿਉਂ ਹੋ ਰਿਹਾ। ਲੇਕਿਨ ਜਿਹੜਾ ਕਾਰਨ ਮੇਰੀ ਨਜ਼ਰ 'ਚ ਜਿਸ ਤਰੀਕੇ ਦੇ ਨਾਲ ਮੈਂ ਐਡੇ ਲੰਬੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਵਰ ਕਰਦਾ ਆ ਰਿਹਾ, ਮੈਂ ਉਸ ਇਲਾਕੇ ਤੋਂ ਹੈਗਾ, ਮੈਂ ਜੰਮਿਆ ਪਲਿਆ, ਮੈਂ ਉਸ ਸੱਭਿਆਚਾਰ ਜਿਹੜਾ ਹੈਗਾ ਉਹ ਸਿੱਖੀ ਰੋਹ ਰੀਤਾਂ ਜਿਹੜੀਆਂ ਹੈਗੀਆਂ ਉਹ ਮੈਂ ਬਹੁਤ ਨੇੜਿਓਂ ਹੋ ਕੇ ਵੇਖੀਆਂ ਹੋਈਆਂ, ਰਾਦਰ ਹਿੱਸਾ ਰਹੇ।
ਇਹ ਆ ਕਿਰਦਾਰ ਜਿਹੜਾ ਸਿੱਖ ਭਾਈਚਾਰਾ ਹੈ, ਜਿਹੜੀ ਸਿੱਖ ਜਿਹੜੀ ਸਿੱਖਿਆ ਹੈ ਬਾਣੀ ਦੀ ਸਿੱਖਿਆ, ਉਹਨੇ ਤੋਂ ਜਿਹੜਾ ਜਦੋਂ ਕਹਿੰਦੇ ਨਾ ਕਿ ਪਰਮਾਤਮਾ ਰੁੱਸਿਆ, ਮੈਨੂੰ ਲੱਗਦਾ ਕਿ ਉਹ ਸਿਧਾਂਤਾਂ ਤੋਂ ਜਿਹੜੀ ਇੱਕ ਭਟਕਣ ਹੈਗੀ ਹੈ ਉਹ ਜਿਹੜੀ ਹੈਗੀ ਹੈ ਸਾਡੇ ਸਾਹਮਣੇ ਹੈ। ਵਾਪਸ ਆਊਂਗਾ ਹਰਸਿਮਰਨ ਸਿੰਘ ਜੀ, ਤਰ੍ਹਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਪਾਸੇ ਹੋ ਗਿਆ, ਇਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਇਹ ਹਾਲ ਹੋਏ ਆ। ਸਰ ਮੈਨੂੰ ਲੱਗਦਾ ਮੈਂ 15ਵੇਂ ਦਿਨ ਮੈਨੂੰ ਸ਼੍ਰੋਮਣੀ ਅਕਾਲੀ ਦਲ 'ਤੇ ਚਰਚਾ ਕਰਨੀ ਪੈ ਰਹੀ ਹੈ, ਖੇਤਰੀ ਧਿਰ ਦੇ ਬਾਰੇ ਜਦੋਂ ਚਰਚਾ ਕਰਨੀ ਪੈਂਦੀ ਹੈ ਤਾਂ ਸਰ ਚਿੰਤਾ ਇਸ ਗੱਲ ਦੀ ਵੀ ਹੈ ਕਿ ਖੇਤੀ ਧਿਰ ਜਿਹੜੀ ਆਪਦੇ ਆਪ ਨੂੰ ਸਟੈਂਡ ਕਰਨਾ ਚਾਹੁੰਦੀ ਹੈ, ਹੋਂਦ ਦੀ ਲੜਾਈ ਲੜਦੀ ਪਈ ਹੈ ਹਰਸਿਮਰਨ ਸਿੰਘ ਜੀ, ਉੱਥੇ ਜਦੋਂ ਕੌਮੀ ਪਾਰਟੀਆਂ ਖੇਤੀ ਧਿਰ ਨੂੰ ਦੱਬਣ ਵਿੱਚ ਮਜਬੂਰ, ਦੱਬਣ ਵਿੱਚ ਅੱਗੇ ਵੱਧਦੀਆਂ ਪਈਆਂ ਹੋਣ, ਉਦੋਂ ਸ਼੍ਰੋਮਣੀ ਅਕਾਲੀ ਦਲ ਸਰ ਆਪਦਿਆਂ ਨਾਲ ਹੀ ਘਿਰਿਆ ਹੋਇਆ ਹਰਸਿਮਰਨ ਸਿੰਘ ਸਰ, ਉਦੋਂ ਕਿਵੇਂ ਨਿਕਲੂਗਾ ਸਰ? ਕਿਰਪਾ ਸਿੰਘ ਜੀ, ਗੱਲ ਇਸ ਤਰ੍ਹਾਂ ਹੈ ਕਿ ਜੋ ਅੱਜ ਕੋਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਉਸਦੇ ਵਿੱਚ ਜੋ ਕੋਈ ਸੰਕਟ ਹੈਗੇ ਨੇ, ਮਲਟੀ ਡਾਇਮੈਂਸ਼ਨਲ ਸੰਕਟ, ਬਹੁ ਪ੍ਰਤੀ ਸੰਕਟ ਨੇ, ਉਹਨਾਂ ਦੇ ਜਿਹੜੇ ਕੋਰ ਇਸ਼ੂਜ਼ ਨੇ ਨਾ ਜੀ, ਕੋਰ ਇਸ਼ੂਜ਼ ਨੂੰ ਨਹੀਂ ਟੱਚ ਕੀਤਾ ਜਾ ਰਿਹਾ। ਮੈਂ ਰਾਜੂ ਬਿਨੂ ਜੀ ਨਾਲ ਬੜਾ ਸਹਿਮਤ ਹਾਂ, ਬਿਲਕੁਲ ਸਹਿਮਤ ਹਾਂ ਕਿ ਜੋ ਇੱਕ ਅੰਦੋਲਨ ਵਿੱਚੋਂ ਨਿਕਲੀ ਪਾਰਟੀ, ਇਹਨਾਂ ਦਾ ਸਤਿਕਾਰ ਸੀ, ਇੰਨੀ ਵਿੱਚ ਚੜ੍ਹਾਈ ਚੜ੍ਹੀ ਸੀਗੀ, ਇੰਨੀ ਉਹਦਾ ਨਵਾਂ ਮਾਨਾ ਮਤਾ ਇਤਿਹਾਸ ਲਿਖਿਆ, ਅੱਜ ਜਦੋਂ ਉਹ ਇਸ ਰਸਾਤਲ 'ਤੇ ਪਹੁੰਚੀ ਤਾਂ ਕਾਰਨ ਲੱਭਣਾ ਪਏਗਾ ਨਾ ਜੀ। ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਜੀ ਵੀ ਅਕਾਲੀ ਦਲ ਜਿਹੜਾ ਹੈ ਇਹ ਇਸ ਢੰਗ ਦੇ ਨਾਲ ਕਿਉਂ ਕਰ ਰਿਹਾ, ਇਹਦੇ ਵਿੱਚ ਹਾਲਤ ਕੀ ਰਹੀ, ਆਪਾਂ ਸਾਰੇ ਦੇਖੋ ਡਿਸਕਸ ਕਰਦੇ ਆ ਰਹੇ ਪਿਛਲੇ ਕਾਫੀ ਸਮੇਂ ਤੋਂ, ਬਲਕਿ 3-4 ਸਾਲ ਹੋ ਗਏ ਰਿਵਾਈਵਲ ਦਾ ਮੁੱਦਾ ਚੱਲ ਰਿਹਾ, ਮੈਂ ਇਸ ਬਾਰੇ ਸਾਰੇ ਆਰਟੀਕਲ ਲਿਖੇ ਨੇ, ਤੁਹਾਡੇ ਨਾਲ ਗੱਲਬਾਤ ਕੀਤੀਆਂ ਨੇ, ਪਰ ਜੋ ਰਿਵਾਈਵਲ ਦੇ ਅਸਲ ਇਸ਼ੂਜ਼ ਨੇ ਨਾ ਕੀਤੇ ਸੀ, ਉਸਨੂੰ ਨਹੀਂ ਐਡਰੈਸ ਕੀਤਾ ਜਾ ਰਿਹਾ। ਅਸਲ ਇਸ਼ੂਜ਼ ਹੈਗੇ ਨੇ ਔਰਗਨਾਈਜੇਸ਼ਨ ਦੇ, ਅਸਲ ਇਸ਼ੂਜ਼ ਹੈਗੇ ਨੇ ਮੁੱਦੇ ਦੇ, ਅਸਲ ਇਸ਼ੂ ਹੈਗੇ ਨੇ ਪੰਜਾਬ ਸੈਂਟਰਿਕ ਨੀਤੀਆਂ ਦੇ, ਅਸਲ ਇਸ਼ੂ ਹੈਗੇ ਨੇ ਏਜੰਡੇ ਦੇ, ਅਸਲ ਇਸ਼ੂ ਹੈਗੇ ਲੋਕਾਂ ਦੇ ਵਿਸ਼ਵਾਸ ਬਰਾਬਰ ਜਿੱਤਣ ਦਾ, ਜੋ ਕ੍ਰੈਡੀਬਿਲਟੀ ਲੋਸ ਹੈਗਾ ਹੈ, ਲੀਡਰਸ਼ਿਪ ਦਾ ਕ੍ਰਾਈਸਿਸ ਜੋ ਹੈ ਨਾ। ਅੱਜ ਮੈਂ ਰਾਜੀਵ ਜੀ ਵੀ ਸਵਾਲ ਕਰਦੇ ਨੇ ਜਦ ਜ਼ਿਕਰ ਕੀਤਾ ਹੈ, ਉਹ ਚਰਨਜੀਤ ਬਰਾੜ ਨੇ ਜੋ ਚਿੱਠੀ ਕੱਢੀ ਹੈ ਉਹ ਉਹਨੇ ਬੜੀ ਹੋਰ ਖੂਬਸੂਰਤ ਗੱਲ ਕੀਤੀ ਹੈ, ਇਹ ਤਾਂ ਗੱਲ ਕੀਤੀ ਉਹਨਾਂ ਨੇ, ਲੇਕਿਨ ਉਹਨਾਂ ਨੇ ਇੱਕ ਖੂਬਸੂਰਤ ਗੱਲ ਉਹ ਤਾਂ ਸੁਜੈਸਟ ਕੀਤਾ ਹੈ, ਉਹ ਜਿਹੜੇ ਨਾਂ ਦੇ ਰਹੇ ਨੇ, ਕੁਛ ਵੀ ਕੱਲ੍ਹ ਪਿਛਲੀ ਵਾਰੀ ਆਪਾਂ ਗੱਲ ਕੀਤੀ ਕਿਹੜੇ ਕਿਹੜੇ ਬੰਦੇ ਆ ਸਕਦੇ ਨੇ, ਉਹਨਾਂ ਨੇ ਇੱਕ ਮਾਡਲ ਦਿੱਤਾ, ਮਾਡਲ ਇਹ 1+5 ਦਾ ਮਾਡਲ ਹੈ, ਜਿਹੜਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਦੇੜ ਤੋਂ ਪੰਜਾਬ ਦੇ ਵਿੱਚ ਜਦੋਂ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਤਾਂ ਉਹਨਾਂ ਇੱਕ ਆਗੂ ਸੀ ਬੰਦਾ ਸਿੰਘ ਬਹਾਦਰ ਦੇ ਨਾਲ 5 ਸਿੰਘ ਹੋਰ ਲਗਾਏ ਸੀਗੇ, ਇੱਕ ਮਾਡਲ ਹੈ ਇਹ। ਮਤਲਬ ਇੱਕ ਤਾਂ ਲੀਡਰਸ਼ਿਪ ਦੀ ਜਿਹੜੀ ਆਪਣੇ ਆਪ 'ਚ ਕੰਟਰੀਬਿਊਸ਼ਨ ਹੁੰਦੀ ਹੈ, ਉਹਦਾ ਇੱਕ ਔਰਾ ਹੁੰਦਾ ਹੈ ਲੀਡਰਸ਼ਿਪ ਦਾ ਆਪਣਾ ਇੱਕ। ਹਰਸਿਮਰਨ ਜੀ ਸਰ, ਮਿਸਟਰ ਬਰਾੜ ਦੀ ਚਿੱਠੀ ਨੂੰ ਇੰਨਾ ਤਰਜੀਹ ਕਿਉਂ ਦੇਣਾ ਚਾਹ ਰਹੇ ਹੋ ਤੁਸੀਂ ਹਰਸਿਮਰਨ ਸਿੰਘ? ਕੀ ਕਹਿ ਰਹੇ ਮਿਸਟਰ ਬਰਾੜ ਦੀ ਚਿੱਠੀ ਨੂੰ ਇੰਨਾ ਤਰਜੀਹ ਕਿਉਂ ਦੇਣਾ ਚਾਹ ਰਹੇ ਹੋ ਤੁਸੀਂ? ਨਹੀਂ, ਮੈਂ ਤਰਜੀਹ ਨਹੀਂ ਦੇ ਰਿਹਾ, ਮੈਂ ਤਰਜੀਹ ਕਰ ਰਹੀ। ਦੇਖੋ ਇੱਕ ਉਹਨੇ ਨੇ ਲਿਖਤੀ ਰੂਪ ਵਿੱਚ ਆ ਕੇ, ਲਿਖਤੀ ਰੂਪ ਵਿੱਚ ਉਹਨਾਂ ਨੇ ਇੱਕ ਬਗਾਵਤੀ ਸੁਰ ਦੱਸਿਆ, ਹਾਲ ਦੱਸਿਆ। ਅੱਜ ਹਾਲ ਵਾਲੇ ਪਾਸੇ ਤਾਂ ਤੁਰ ਨਹੀਂ ਜਾ ਰਹੇ। ਤੁਸੀਂ ਜਿਹੜੀ ਡਿਬੇਟ ਸ਼ੁਰੂ ਕੀਤੀ ਉਹ ਸੁਖਦੇਵ ਸਿੰਘ ਢੀਂਡਸਾ ਦੇ ਮਲੂਕਾ ਤੋਂ ਸ਼ੁਰੂ ਕੀਤੀ। ਸਵਾਲ ਇਹ ਹੈ ਵੀ ਮਲੂਕਾ ਸਾਹਿਬ ਜਿਹੜੇ ਪਾਰਟੀ ਸਰਪ੍ਰਸਤ ਨੇ ਉਹਨੂੰ ਲਿਆਂਦਾ ਗਿਆ, ਔਰ ਫਿਰ ਤੁਸੀਂ ਉਹਨਾਂ ਨੂੰ ਬੁਲਾਉਂਦੇ, ਜਿਵੇਂ ਅਮਰਿੰਦਰ ਸਿੰਘ ਕਹਿ ਰਹੇ ਨੇ ਬੁਲਾਉਂਦੇ ਹੀ ਨਹੀਂ ਹੈਗੇ, ਤਾਂ ਪਾਰਟੀ ਦਾ ਤੁਸੀਂ ਤੁਹਾਡੀ ਨੀਅਤ ਪਤਾ ਲੱਗਦਾ, ਤੇ ਤੁਹਾਡੀ ਨੀਅਤ ਕੀ ਹੈ? ਸਪੋਰਟ ਨਹੀਂ ਕੀਤੀ ਗਈ। ਸੁਖਬੀਰ ਸਿੰਘ ਬਾਦਲ ਕਹਿੰਦੇ ਆ ਵੀ ਅਸੀਂ ਇਹਨਾਂ ਨੂੰ ਪਹਿਲਾਂ ਕਹਿਤਾ ਸੀ, ਮੈਂ ਝੁੰਦਾ ਸਾਹਿਬ ਨੂੰ ਪ੍ਰੋਮਿਸ ਕਰ ਚੁੱਕਿਆ ਮੈਂ ਤੋਂ ਟਿਕਟ ਨਹੀਂ ਚੇਂਜ ਕਰ ਸਕਦਾ ਗਾ। ਸਰ ਇਹ ਪਤਾ ਕੌਣ ਲੱਗੂ, ਕਿਵੇਂ ਲੱਗੂ ਸਰ? ਸਹੀ ਕੌਣ ਕਹਿ ਰਿਹਾ ਸਰ? ਸਹੀ ਕਿਉਂ ਨਹੀਂ, ਸਾਰੇ ਸਾਰਾ ਮਤਲਬ ਜਦ ਪਾਰਟੀ ਦੇ ਵਿੱਚ KPCG ਡੈਮੋਕ੍ਰੈਟਿਕ ਪ੍ਰੋਸੈਸ ਨਹੀਂ ਆਉਂਦਾ। ਸਵਾਲ ਉੱਠਿਆ ਉੱਥੇ ਕਿਹੜਾ ਨੂੰ ਪੁੱਛ ਕੇ, ਜਗੀਰ ਕੋਲ ਨੇ ਸਵਾਲ ਉਠਾਏ ਨੇ, ਕਿਹਨਾਂ ਨੂੰ ਪੁੱਛ ਕੇ ਟਿਕਟਾਂ ਦਿੱਤੀਆਂ ਗਈਆਂ, ਔਰ ਕੌਣ ਫੈਸਲਾ ਕਰਦਾ? ਕਿਸੇ ਸਮੇਂ ਪਾਰਟੀ ਵਾਲੀ ਬੋਰਡ ਹੁੰਦਾ ਸੀ ਅਕਾਲੀ ਦਲ ਦਾ,
ਜਿਹਦੇ ਚ ਨਾ ਲਏ ਜਾਂਦੇ ਸੀ, ਨਾ ਸੁਜੈਸਟ ਕੀਤੇ ਜਾਂਦੇ, ਡਿਸਕਸ ਕੀਤੇ ਤਾਂ ਫਾਈਨਲ ਹੁੰਦਾ ਸੀ ਨਾ। ਅੱਜ ਸੁਖਬੀਰ ਸਿੰਘ ਬਾਦਲ ਹੀ ਡੈਮੋਕਰੇਟਿਕ ਜਿਹੜੀ ਪ੍ਰੋਸੈਸ ਨੂੰ ਛੱਡ ਕੇ ਇੱਕ ਜਿਹੜੀ ਤਾਨਾਸ਼ਾਹੀ ਦੇ ਰੂਪ ਚ ਜਦੋਂ ਪਾਰਟੀ ਨੂੰ ਚਲਾ ਰਿਹਾ ਤਾਂ ਨੇਚਰ ਸਵਾਲ ਉੱਠਣੇ ਨਾ ਜੀ। ਸਰ ਫਿਰ ਇੱਕ ਸਵਾਲ ਰੱਖ ਦਿਓ ਨਾ, ਜਿਵੇਂ ਆਪੋਜੀਸ਼ਨ ਸਵਾਲ ਚੁੱਕਦੀ ਹੈ ਸਰ ਹਰਸਿਮਰ ਸਾਹਿਬ, ਤੁਸੀਂ ਵੀ ਇੱਕ ਸਵਾਲ ਰੱਖ ਦਿਓ ਵੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾ ਦਿਓ, ਸ਼੍ਰੋਮਣੀ ਅਕਾਲੀ ਦਲ ਰਿਵਾਈਵ ਕਰਨਾ ਸ਼ੁਰੂ ਹੋ ਜੂਗਾ, ਇਹੀ ਸਵਾਲ ਹੈ ਸਰ ਫਿਰ। ਮੈਂ ਨਹੀਂ ਕਹਿੰਦਾ, ਮੈਂ ਤਾਂ ਪਹਿਲਾਂ ਇਸ ਕਰਕੇ ਕਿਹਾ ਜਿਹੜਾ ਕ੍ਰੈਡੀਬਿਲਟੀ ਲੋਸ ਹੈ, ਲੀਡਰਸ਼ਿਪ ਕ੍ਰਾਈਸਿਸ ਹੈ, ਉਹ ਇੱਕ ਪਾਰਟ ਹੈ ਕੇ ਪੀ ਸਿੰਘ, ਮੇਰੀ ਗੱਲ ਸਮਝੋ। ਜਿਹੜੇ ਹੋਰ ਇਸ਼ੂ ਨੇ ਜਿਨ੍ਹਾਂ ਇਸ਼ੂਜ਼ ਨੂੰ ਸੁਖਬੀਰ ਬਾਦਲ ਨੂੰ ਲੈਣਾ ਚਾਹੀਦਾ ਸੀ ਪਿਛਲੇ 4-5 ਸਾਲ ਦੇ ਵਿੱਚ, ਉਹ ਨਹੀਂ ਲੈਣ ਕਰਕੇ ਅੱਜ ਉਹਦੀ ਲੀਡਰਸ਼ਿਪ ਇੱਕ ਬੜਾ ਕੁਐਸਚਨ ਲੱਗ ਗਿਆ ਨਾ ਜੀ। ਚਲੋ ਮੈਂ ਵਾਪਸ ਆ ਰਿਹਾ ਸਰ, ਵਾਪਸ ਆ ਰਿਹਾ ਸਰ ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਇਹ ਚਰਚਾ ਬੜੀ ਲੰਬੀ ਹੋ ਸਕਦੀ ਹੈ ਪਰ ਸਮੇਂ ਦੀ ਸੀਮਾ, ਸਮੇਂ ਦੀ ਸੀਮਾ ਦੇ ਹਿਸਾਬ ਨਾਲ ਅਸੀਂ ਚਰਚਾ ਨੂੰ ਅੱਗੇ ਵਧਾਵਾਂਗੇ। ਵਾਪਸ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜੇ ਧਰਮ ਸੰਕਟ 'ਚ ਪਾਇਆ? ਖਾਲਸਾ ਜੀ, ਮੈਨੂੰ ਲੱਗਦਾ ਤੁਸੀਂ ਸਹੀ ਜਵਾਬ ਦੇ ਸਕਦੇ ਹੋ, ਲੀਡਰਸ਼ਿਪ ਕ੍ਰਾਈਸਿਸ ਹੈ ਸਰ ਪਾਰਟੀ 'ਚ? ਦੇਖੋ ਇਹਦੇ ਵਿੱਚ ਜੇ ਅਸੀਂ ਗੱਲ ਕਰੀਏ ਲੀਡਰਸ਼ਿਪ ਕ੍ਰਾਈਸਿਸ ਦੀ ਤਾਂ ਇਹੋ ਜਿਹੀ ਕੋਈ ਨਹੀਂ, ਪੰਜਾਬ ਦੇ ਵਿੱਚ ਸੀਨੀਅਰ ਲੀਡਰਸ਼ਿਪ ਸਾਰੀ ਹਾਲੇ ਵੀ ਮੌਜੂਦ ਹੈ ਅਤੇ ਸਿਆਣੀ ਲੀਡਰਸ਼ਿਪ ਹੈ, ਹਾਲੇ ਕੋਰ ਕਮੇਟੀ ਦੇ ਵਿੱਚ ਸਾਡੇ ਸਾਰੇ ਸਰਕਾਰ ਯੋਗ ਸੀਨੀਅਰ ਹੈਗੇ। ਜਿੱਥੇ ਤੱਕ ਇਹ ਗੱਲ ਕਰਦੇ ਨੇ, ਇਹਨਾਂ ਨੇ ਹੁਣ ਇਹ ਗੱਲ ਕੀਤੀ ਵੀ ਸੁਖਦੇਵ ਸਿੰਘ ਢੀਂਡਸਾ ਹੋਣਾ ਨੂੰ ਲੈ ਕੇ ਮੇਰੀ ਗੱਲ ਵਿੱਚ ਰਹਿ ਗਈ ਸੀ, ਇਹਨਾਂ ਨੇ ਗੱਲ ਇਹ ਕੀਤੀ ਵੀ ਬੇਇੱਜ਼ਤੀ ਦੀ ਗੱਲ ਕੀਤੀ ਹੈ, ਅਤੇ ਉਸ ਤੋਂ ਬਾਅਦ ਇਹ ਗੱਲ ਕੀਤੀ ਕਿ ਚੋਣਾਂ ਨੂੰ ਪਹਿਲੇ ਪ੍ਰੋਮਿਸ ਕਰ ਚੁੱਕਾ, ਕਿਉਂ ਨਾ ਕਰੀ ਜਦ ਅਕਾਲੀ ਦਲ ਨੂੰ ਸਮਾਂ ਸੀ, ਅਕਾਲੀ ਦਲ ਦੇ ਨਾਲ ਉਹ ਖੜੇ, ਠੀਕ ਹੈ। ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਅੱਜ ਇਹਨਾਂ ਨੂੰ, ਆ ਮੇਰੇ ਵੀਰ ਜੀ ਬੜੇ ਸਤਿਕਾਰਯੋਗ ਨੇ, ਸਿਆਣੇ ਨੇ, ਇਹਨਾਂ ਨੇ ਗੱਲ ਕਹੀ ਵੀ ਤੁਸੀਂ ਇੱਦਾਂ ਕਿਉਂ ਕੀਤਾ, ਉੱਦਾਂ ਕਿਉਂ ਕੀਤਾ, ਤਾਂ ਪਰਮਿੰਦਰ ਸਿੰਘ ਢੀਂਡਸਾ ਜੀ ਵੀ ਅਤੇ ਸੁਖਦੇਵ ਸਿੰਘ ਢੀਂਡਸਾ ਜੀ ਵੀ ਪਾਰਟੀ ਦੇ ਕੋਰ ਮੈਂਬਰ ਬਣੇ ਨੇ, ਵਜ਼ਾਰਤਾਂ ਮਾਣਦੇ ਨੇ, ਰਾਜ ਸਭਾ ਮੈਂਬਰੀ ਰੱਖੀ ਰਹੀ ਜਿਹੜੀ ਪਾਰਟੀ ਵੱਲੋਂ ਦਿੱਤੀ ਗਈ। ਜਦੋਂ ਪਾਰਟੀ ਹਾਰੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਜੀ ਹੁਣ ਤਾਂ ਚਲੋ ਹੁਣ ਗੱਲ ਕਰੀਏ, ਹੁਣ ਤਾਂ ਹਾਰ ਗਏ, ਤਦ ਤੱਕ ਤਾਂ ਅਕਾਲੀ ਦਲ ਦੇ ਲਈ ਜਿੱਤਣ ਦੇ ਲਈ, ਹਾਂ ਵੀ ਉਦੋਂ ਸੁਖਬੀਰ ਸਿੰਘ ਬਾਦਲ ਬਹੁਤ ਚੰਗਾ ਸੀ ਜਦੋਂ ਇਹਨਾਂ ਨੂੰ ਵਜ਼ਾਰਤਾਂ ਦਿੱਤੀਆਂ, ਉਦੋਂ ਸੁਖਬੀਰ ਸਿੰਘ ਬਾਦਲ ਬਹੁਤ ਚੰਗਾ ਸੀ ਜਦੋਂ ਇਹਨਾਂ ਨੂੰ ਤਰਜੀਹ ਦਿੱਤੀ, ਰਹੀ ਗੱਲ ਦੂਜੀ ਇਹ ਤਦ ਤੱਕ ਸਾਡੇ ਪਾਰਟ ਬਣੇ, ਉਸ ਤੋਂ ਬਾਅਦ ਅਸੀਂ ਕਿਸਾਨੀ ਅੰਦੋਲਨ ਕਰਕੇ ਬੀਜੇਪੀ ਨਾਲ ਚੱਲਿਆ, ਇਹਨਾਂ ਨੇ ਢੀਂਡਸਾ ਸਾਹਿਬ ਹੋਣਾਂ ਨੇ ਬੀਜੇਪੀ ਦੇ ਨਾਲ ਸਾਂਝ ਬਣਾ ਲਈ, ਕਿਸਾਨਾਂ ਦੇ ਉਲਟ ਜਾ ਕੇ ਪੰਜਾਬ ਦੇ ਵਿੱਚ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਲਓ ਜੀ ਅਸੀਂ ਤਾਂ ਹੁਣ ਅਕਾਲੀ ਦਲ ਨੂੰ ਢਾ ਲਾਂਗੇ, ਵੱਡੇ ਵੱਡੇ ਇਲਜ਼ਾਮ ਲਾ ਲਾਂਗੇ, ਬਣਿਆ ਕੀ ਅਖੀਰ ਦੇ ਵਿੱਚ ਫਿਰ ਰੁੱਖ ਅਕਾਲੀ ਦਲ 'ਚ ਕਰਨਾ ਪਿਆ। ਹੁਣ ਜੇਕਰ ਕੋਈ ਲੋਕਲ ਸੰਗਰੂਰ ਦੀ ਲੀਡਰਸ਼ਿਪ ਕਹਿ ਰਹੀ ਹੈ ਕਿ ਇਹਨਾਂ ਨੇ ਪਾਰਟੀ ਦੇ ਖਿਲਾਫ ਕੰਮ ਕਰਿਆ, ਇਹਦੇ ਸਬੂਤ ਵੀ ਦੇ ਰਹੀ ਹੈ, ਤਾਂ ਫਿਰ ਕਿਤੇ ਨਾ ਕਿਤੇ ਆਪਣੇ ਖਾਲਸਾ ਜੀ ਇੱਕ ਚੀਜ਼ ਦੱਸੋ ਮੈਨੂੰ, ਖਾਲਸਾ ਜੀ ਇੱਕ ਚੀਜ਼ ਦੱਸੋ, ਤੁਸੀਂ ਇਕਬਾਲ ਸਿੰਘ ਝੂੰਦਾਰਾਂ ਦੀ ਇੰਨੀ ਸਪੋਰਟ ਕਰਦੇ ਪਿਓ, ਕਰਨੀ ਵੀ ਚਾਹੀਦੀ ਹੈ, ਤੁਹਾਡੀ ਪਾਰਟੀ ਦੇ ਲੀਡਰ ਸਰ, ਕਿਉਂ ਨਹੀਂ ਕਰਨੀ ਚਾਹੀਦੀ? ਪਰ ਝੂੰਦਾ ਕਮੇਟੀ ਦੀ ਰਿਪੋਰਟ ਤੁਸੀਂ ਨਸ਼ਰ ਕਰਨ ਲਈ ਤਿਆਰ ਨਹੀਂ ਹੈਗੇ ਸਰ, ਉਸ ਰਿਪੋਰਟ ਨੂੰ ਤੁਸੀਂ ਇਨ ਬਿਨ ਲਾਗੂ ਕਰਨ ਨੂੰ ਤਿਆਰ ਨਹੀਂ ਹੈਗੇ, ਖਾਲਸਾ ਜੀ ਉਹਦਾ ਜਵਾਬ ਕੌਣ ਦਊਗਾ ਸਰ? ਦੇਖੋ ਝੂੰਦਾ ਕਮੇਟੀ ਦੀ ਜਿਹੜੀ ਰਿਪੋਰਟ ਹੈ ਇਹ ਤੇ ਕੋਰ ਕਮੇਟੀ ਫਿਰ ਦੁਬਾਰਾ ਜਿਹੜੀ ਕੋਰ ਕਮੇਟੀ ਹੈ ਇਹ ਉਹਨੇ ਫੈਸਲਾ ਕਰਨਾ ਹੈ, ਉਹਦੇ ਵਿੱਚ ਕੀ ਉਲਟੀਆਂ ਆਈਆਂ, ਕੀ ਪਤਾ ਕਿੱਥੇ ਤੱਕ ਹੋ ਸਕਦਾ ਉਸ ਚੀਜ਼ ਨੂੰ ਕਿੰਨਾ ਮਿੰਨਾ ਲਾਗੂ ਕਰ ਦਿੱਤਾ ਹੋਵੇ। ਜਨ ਪ੍ਰਧਾਨ ਸਾਹਿਬ ਨੇ ਕਿਹਾ ਵੀ ਅਸੀਂ ਯੂਥ ਨੂੰ ਅੱਗੇ ਲਿਆਵਾਂਗੇ, ਤੁਸੀਂ ਇੱਕ ਵਾਰੀ ਸਾਡੇ ਤੁਸੀਂ ਯੂਥ ਨੂੰ ਅੱਗੇ ਲਿਆਉਣ ਵਾਲਾ ਤੁਸੀਂ ਟੌਪਿਕ ਸਰ ਛੇੜ ਰਹੇ ਹੋ, ਪਰਿਵਾਰ ਚੋਂ ਇੱਕ ਜਣੇ ਨੂੰ ਟਿਕਟ ਸਰ ਉਹ ਤੁਸੀਂ ਅੱਗੇ ਵਧਾ ਰਹੇ ਹੋ, ਸਾਰਿਆਂ ਦੇ ਵਿੱਚ ਕੋਈ ਸ਼ੱਕ ਨਹੀਂ ਖਾਲਸਾ ਜੀ, ਮੈਂ ਦੱਸ ਰਿਹਾ, ਪਰ ਤੁਸੀਂ ਉਸ ਰਿਪੋਰਟ ਨੂੰ ਨਸ਼ਰ ਕਰਨ ਲਈ ਘਬਰਾ ਕਿਉਂ ਰਹੇ ਹੋ ਸਰ? ਬਿੱਲ ਤਾਂ ਬਣਾਓ ਨਾ, ਇੱਕ ਨੀਅਤ ਸਾਫ਼ ਕਰੋ, ਅਸੀਂ ਰਿਫੋਰਮ ਲਿਆਉਣਾ ਚਾਹੁੰਦੇ ਹਾਂ, ਜਾਂ ਤੁਸੀਂ ਕੌਮ ਦਾ 5-7 ਸਾਲ ਬਰਬਾਦ ਕਰਤੇ, ਰਿਵਾਈਵਲ ਕਰਦੇ ਕਰਦੇ ਇੱਥੇ ਤੱਕ ਪਹੁੰਚ ਗਿਆ, ਕੌਮ ਤੁਹਾਨੂੰ ਕੀ ਜਵਾਬ ਦੇਵੇਗੀ? ਕਮਾਲ ਦੀ ਗੱਲ, ਕੋਈ ਦਰਦ ਸਮਝੋ ਕੌਮ ਦਾ, ਤੁਸੀਂ ਕੱਪਾ
ਦਰਦ ਕੌਮ ਦਾ ਸਾਡੇ ਕੋਲ ਅਸੀਂ ਤੁਹਾਡੇ ਨਾਲੋਂ ਵੱਧ ਚਿੰਤਤ ਆ ਜੀ ਅਸੀਂ ਤੁਹਾਡੇ ਨਾਲੋਂ ਵੱਧ ਚਿੰਤਤ ਆ ਜਿਹੜੀ ਕੌਮ ਦਾ ਦਰਦ ਹੈ ਅਸੀਂ ਵੀ ਉਹ ਦਰਦ ਠੀਕ ਕਰ ਇੱਕ ਮਿੰਟ ਹਰਸਿਮਰ ਜੀ ਸਰ ਮੈਂ ਆ ਰਿਹਾ ਸਰ ਆ ਰਿਹਾ ਅਮਰਿੰਦਰ ਸਿੰਘ ਮੈਂ ਆ ਰਿਹਾ ਸਰ ਅਮਰਿੰਦਰ ਸਿੰਘ ਤੁਸੀਂ ਝੁੰਡਾ ਕਮੇਟੀ ਦੀ ਰਿਪੋਰਟ ਨੂੰ ਮੰਨਣ ਨੂੰ ਤਿਆਰ ਹੋ ਜਾਣੀ ਬਿਲਕੁਲ ਮੰਨਣ ਲਈ ਤਿਆਰ ਹੈ ਮੈਂ ਖਾਲਸਾ ਜੀ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਲੈਕਸ਼ਨ ਰਿਜ਼ਲਟ 4 ਜੂਨ ਨੂੰ ਆ ਗਏ ਹੈ ਅੱਜ 13 ਜੂਨ ਹੈ ਅਤੇ 10 ਦਿਨ ਨਿਕਲ ਚੁੱਕੇ ਹੈ 10 ਦਿਨ ਦੇ ਵਿੱਚ ਸਰਦਾਰ ਇਕਬਾਲ ਸਿੰਘ ਝੁੰਡਾ ਨੇ ਇਲਜ਼ਾਮ ਨਹੀਂ ਲਗਾਇਆ ਕਿ ਸੁਖਦੇਵ ਸਿੰਘ ਢੀਂਡਸਾ ਨੇ ਮੈਨੂੰ ਹਰਾਇਆ ਅਤੇ ਅੱਜ ਉਹ ਇਲਜ਼ਾਮ ਲਾ ਰਹੇ ਹਾਂ 10ਵੇਂ ਦਿਨ ਆ ਕੇ ਕਿ ਮੈਨੂੰ ਤਾਂ ਜੀ ਸੁਖਦੇਵ ਸਿੰਘ ਢੀਂਡਸਾ ਨੇ ਹਰਾਇਆ ਇਸ ਤੋਂ ਪਹਿਲਾਂ 2 ਦਿਨ ਪਹਿਲਾਂ ਉਹਨਾਂ ਨੇ ਇਹ ਸਟੇਟਮੈਂਟ ਲਾਈ ਹੈ ਕਿ ਮੇਰੀ ਜਿਹੜੀ ਰਿਪੋਰਟ ਹੈ ਉਸ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਸੁਖਬੀਰ ਬਾਦਲ ਉਹਨਾਂ ਦੇ ਘਰ ਗਏ ਹੈ ਉਹਦੇ ਵਿੱਚ ਉਹਨਾਂ ਨੇ ਇਲਜ਼ਾਮ ਨਹੀਂ ਲਗਾਇਆ ਲੇਕਿਨ ਆਲ ਆਫ ਅ ਸਡਨ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਉਹਨਾਂ ਦਾ ਇਹ ਬਿਆਨ ਆਉਂਦਾ ਇਹਦਾ ਕੀ ਮਾਇਨਾ ਨਿਕਲੇਗਾ ਔਰ ਦੂਸਰਾ ਮੇਰਾ ਸਵਾਲ ਇਹ ਹੈ ਕਿ ਜ਼ਮਾਨਤਾਂ ਜ਼ਬਤ ਕੇਵਲ ਸੰਗਰੂਰ 'ਚ ਨਹੀਂ ਹੋਈਆਂ ਜ਼ਮਾਨਤਾਂ ਜ਼ਬਤ ਜਿਹੜੀਆਂ ਉਹ ਮੋਰ ਦੈਨ 10 ਕੌਂਸਟੀਚੁਐਂਸੀ 'ਚ ਹੋਈਆਂ ਬਾਕੀਆਂ ਦਾ ਕੌਣ ਲਏਗਾ ਜਿੱਥੇ ਵੱਡੇ ਵੱਡੇ ਲੀਡਰਾਂ ਨੇ ਇਲਜ਼ਾਮ ਲੱਗ ਰਹੇ ਹੈ ਉਹਨਾਂ ਦੇ ਉੱਪਰ ਕੀ ਉਹਨਾਂ ਨੂੰ ਨਹੀਂ ਤੁਸੀਂ ਲਾਈਮ ਲਾਈਟ 'ਚ ਲਿਆਓਗੇ ਉਹਨਾਂ ਦੇ ਉੱਪਰ ਕੋਈ ਗੱਲਬਾਤ ਨਹੀਂ ਹੋਏਗੀ ਕੇਵਲ ਇੱਕ ਬੰਦੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਸਿਰਫ ਸੰਗਰੂਰ ਨੂੰ ਕਿਉਂ ਇਸ਼ੂ ਬਣਾਇਆ ਜਾ ਰਿਹਾ ਮੇਰਾ ਇਹ ਸਵਾਲ ਹੈ ਇਹ ਦੋ ਤੁਸੀਂ ਦੱਸੋ ਕਿ ਵੀ 10 ਦਿਨ ਕਿਉਂ ਲਾਏ ਇਕਬਾਲ ਸਿੰਘ ਝੁੰਦਾ ਨੇ ਅਤੇ 2 ਦਿਨ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ ਮੇਰੀ ਜਿਹੜੀ ਆਪਣੀ ਕਮੇਟੀ ਦੀ ਜਿਹੜੀ ਸੀਗਾ ਰਿਪੋਰਟ ਸੀ ਉਹਦੇ 'ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਬਾਕੀਆਂ ਦਾ ਕੌਣ ਕਾਰਵਾਈ ਕਰੇਗਾ ਜਿਹੜੀ ਬਾਕੀ ਦੀਆਂ ਖਾਲਸਾ ਜੀ ਜਵਾਬ ਦੇਣਾ ਚਾਹੁੰਦੇ ਹੋ ਸਰ ਜੀ ਜੀ ਦੇਖੋ ਜੀ ਜਿੱਥੇ ਤੱਕ ਇਹ ਗੱਲ ਕਰ ਰਹੇ ਨੇ ਵੀ 10 ਦਿਨ ਹੋ ਗਏ ਜੀ ਉੱਥੇ ਕੀ ਅੱਜ ਕੋਰ ਕਮੇਟੀ ਇਸੇ ਗੱਲ ਕਰਕੇ ਇਸੇ ਮੰਥਨ ਕਰਕੇ ਹੀ ਸੱਦੀ ਗਈ ਹੈ ਇਸੇ ਚੀਜ਼ ਦਾ ਮੰਥਨ ਕੀਤਾ ਜਾਏਗਾ ਵੀ ਪੂਰੇ ਪੰਜਾਬ 'ਚ ਕੀ ਹੋਇਆ ਕਿ ਨਹੀਂ ਅੱਜ ਦਾ ਇਹੀ ਗੱਲ ਜਿੱਥੇ ਤੱਕ ਤੁਸੀਂ ਝੁੰਡਾ ਕਮੇਟੀ ਦੀ ਗੱਲ ਕਰਦੇ ਹੋ ਝੁੰਡਾ ਕਮੇਟੀ ਲਾਗੂ ਵੀ ਹੋਏਗੀ ਬਾਕੀ ਜਿਹੜੀ ਲੀਡਰਾਂ ਨੇ ਲੀਡਰ ਸਾਹਿਬਾਨਾਂ ਨੇ ਜਿਹੜੀ ਉਹਦੇ ਵਿੱਚ ਗੱਲ ਕਰੀ ਹੈ ਅਸੀਂ ਲੀਡਰ ਕੋਰ ਕਮੇਟੀ ਦੇ ਵਿੱਚ ਬਹਿ ਕੇ ਇਹੀ ਤੇ ਗੱਲਾਂ ਹੋਣੀਆਂ ਨੇ ਪੋਲੀਟੀਕਲ ਕਰੀਅਰ ਕਿੱਥੇ ਸਟੈਂਡ ਕਰਦਾ ਉਸ ਲੀਡਰਸ਼ਿਪ ਤੇ ਡਿਪੈਂਡ ਕਰਦਾ ਹੁੰਦਾ ਰਾਜੂ ਵਿਲੀਅਮ ਜੀ ਸੁਖਦੇਵ ਸਿੰਘ ਢੀਂਡਸਾ ਬੀਜੇਪੀ ਨਾਲ ਸਾਂਝ ਰਹੀ ਉਹਨਾਂ ਦੀ ਵਾਪਸ ਆਏ ਸੁਖਦੇਵ ਸਿੰਘ ਢੀਂਡਸਾ ਹੁਣ ਜਿਹੜੇ ਮੋੜ ਤੇ ਖੜੇ ਆ ਉੱਥੇ ਉਹਨਾਂ ਦਾ ਸਿਆਸੀ ਕਰੀਅਰ ਸਣੇ ਮੁੰਡਾ ਸਣੇ ਉਹਨਾਂ ਦਾ ਪੁੱਤ ਉਹਦਾ ਦਾਅ ਤੇ ਲੱਗਿਆ ਹੋਇਆ ਰਾਜੂ ਵਿਲੀਅਮ ਬਹੁਤ ਜਿਹੜਾ ਮੰਦਭਾਗਾ ਉਹ ਇਹ ਹੈ ਕਿਸੇ ਵੀ ਪਾਰਟੀ ਲਈ ਸਮੂਹਕ ਤੌਰ ਤੇ ਜਾਂ ਵਿਅਕਤੀਗਤ ਤੌਰ ਤੇ ਨੇਤਾ ਲਈ ਉਹਦੀ ਭਰੋਸੇ ਯੋਗਤਾ ਜਿਹੜੀ ਹੈ ਉਹਨੂੰ ਜਦੋਂ ਖੋਰਾ ਲੱਗਦਾ ਇਹ ਸਭ ਤੋਂ ਮੰਦਭਾਗੀ ਉਸ ਤੋਂ ਬਾਅਦ ਉਹਦਾ ਵਾਪਸੀ ਜਿਹੜੀ ਹੈਗੀ ਹੈ ਉਹ ਬਹੁਤ ਮੁਸ਼ਕਿਲ ਨਾ ਤੇ ਬਰਾ ਜਦ ਤੱਕ ਉਹ ਨੇਤਾ ਜਾਂ ਉਹ ਪਾਰਟੀ ਬੜੇ ਜਿਹਨੂੰ ਕਹਿੰਦੇ ਹੈਗੇ ਕਿ ਸਿੰਸੀਅਰਲੀ ਯਤਨ ਨਾ ਕਰੇ ਆਪਣੀ ਉਸ ਭਰੋਸੇ ਯੋਗਤਾ ਨੂੰ ਕ੍ਰੈਡੀਬਿਲਿਟੀ ਨੂੰ ਵਾਪਸ ਲਿਆਉਣ ਲਈ ਇਹੋ ਜਿਹਾ ਕੁਝ ਨਹੀਂ ਹੁੰਦਾ ਜਾਪ ਰਿਹਾ ਔਰ ਇਹੀ ਚੀਜ਼ ਜਿਹੜੀ ਮੈਨੀਫੈਸਟ ਹੋ ਰਹੀ ਹੈ ਇਹ ਜਿਹੜਾ ਢੀਂਡਸਾ ਜੀ ਨੂੰ ਲੈ ਕੇ ਜਿਹੜੀ ਗੱਲਬਾਤ ਚੱਲ ਰਹੀ ਇਹ ਜਿਹੜੇ ਵੱਖਰੇ ਨੇ ਚੱਲ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਹਾਂ ਕਿ ਇਹ ਕਿਉਂ ਹੋ ਰਿਹਾ ਹੈਗਾ ਇਹ ਵੱਖਰੇ ਨੇ ਕਿਉਂ ਹੁੰਦੇ ਨੇ ਇਕੱਲਾ ਇੱਥੇ ਨਹੀਂ ਆਇਆ ਕਿਉਂਕਿ ਢੀਂਡਸਾ ਸਾਹਿਬ ਦਾ ਕੱਦ ਬਹੁਤ ਵੱਡਾ ਹੈਗਾ ਔਰ ਉਹ ਸਰਪ੍ਰਸਤ ਨੇ ਇਸ ਵੇਲੇ ਉਹਨਾਂ ਨੂੰ ਸਰਪ੍ਰਸਤ ਕਿਹਾ ਹੈ ਸੁਖਬੀਰ ਬਾਦਲ ਹੋਰਾਂ ਨੇ ਜਦੋਂ ਉਹਨਾਂ ਨੂੰ ਵਾਪਸੀ ਹੋਈ ਸੀਗੀ ਆ ਪਿਛਲੇ ਕੁਝ ਮਹੀਨਿਆਂ ਦੇ ਸਵਾਲ ਇਹ ਹੈਗਾ ਕਿ ਬਈ ਤੁਸੀਂ ਜਦੋਂ ਉਹਨਾਂ ਲਿਆਉਂਦਾ ਹੈ ਔਰ ਉਹਨਾਂ ਦੀ ਗੱਲ ਜਦੋਂ ਨਹੀਂ ਪੁੱਗੀ ਤਾਂ ਉਹਨਾਂ ਨੇ ਇਸ ਕਿਸਮ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਇੱਥੇ ਆ ਕੇ ਜੋ ਸਰਦਾਰ ਹਰਸਿਮਰਤ ਸਾਹਿਬ ਨੇ ਕਿਹਾ ਹੈਗਾ ਸੀਗਾ ਮੈਂ ਉੱਥੇ ਗੱਲ ਲਿਆਉਂਦਾ ਹੈਗਾ
ਉਹ ਇਹ ਹੈਗੀ ਹੈ ਕਿ ਇਹ ਉਦੋਂ ਕ੍ਰਾਈਸਿਸ ਇਹ ਪੈਦਾ ਹੁੰਦਾ ਹੈਗਾ ਜਦੋਂ ਪਾਰਦਰਸ਼ਤਾ ਨਾ ਹੋਵੇ। ਪਾਰਦਰਸ਼ਤਾ ਪਾਰਟੀ ਚ ਉਦੋਂ ਹੁੰਦੀ ਹੈ ਜਦੋਂ ਪਾਰਟੀ ਲੋਕਤੰਤਰੀ ਜਿਹੜੇ ਸਿਧਾਂਤ ਹੈ ਕਦਰਾਂ ਕੀਮਤਾਂ ਉਹਨਾਂ ਦੁਆਰਾ ਗਾਈਡ ਹੁੰਦੀ ਹੈਗੀ, ਨਹੀਂ ਤਾਂ ਪਾਰਦਰਸ਼ਤਾ ਨਹੀਂ ਹੁੰਦੀ। ਇਸੇ ਕਰਕੇ ਫਿਰ ਏਦਾਂ ਦੇ ਸਵਾਲ ਜਿਹੜੀ ਹੈ ਮੈਮ ਹੁੰਦੀ ਹੈ। ਔਰ ਇਹ ਇਲਜ਼ਾਮ ਸ਼ੁਰੂ ਤੋਂ ਲੱਗਦੇ ਆ ਰਹੇ ਨੇ ਕਿ ਜਦੋਂ ਵੀ ਸੁਖਬੀਰ ਬਾਦਲ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ, ਉਸ ਤੋਂ ਪਹਿਲਾਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੁੰਦਿਆਂ ਵੀ ਇਹਨਾਂ ਦਾ ਬਹੁਤ ਪਾਰਟੀ ਦੇ ਉੱਤੇ ਜਿਹੜਾ ਕੰਟਰੋਲ ਹੈਗਾ ਉਹ ਪਾਰਟੀ ਪ੍ਰਧਾਨ ਵਾਲਾ ਹੀ ਸੀਗਾ। ਤਾਂ ਉੱਥੇ ਜਾ ਕੇ ਪਾਰਟੀ ਜਿਹੜੀ ਹੈਗੀ ਹੈ ਆਪਣਾ ਡੈਮੋਕ੍ਰੈਟਿਕ ਜਿਹੜਾ ਕਿਰਦਾਰ ਹੈਗਾ ਉਹ ਪਾਰਟੀ ਨੇ ਲੂਜ਼ ਕੀਤਾ। ਔਰ ਇਸ ਡੈਮੋਕ੍ਰੈਟਿਕ ਕਿਰਦਾਰ ਨੂੰ ਜਿਵੇਂ ਹਰਸਿਮਰਤ ਸਿੰਘ ਹੋਰਾਂ ਨੇ ਕਿਹਾ ਹੈਗਾ ਕਿ ਪਾਰਲੀਮੈਂਟਰੀ ਬੋਰਡ ਹੁੰਦਾ ਸੀਗਾ, ਹੁਣ ਫੈਸਲੇ ਕਿੱਥੇ ਲਏ ਜਾਂਦੇ ਨੇ। ਤੇ ਜਦੋਂ ਟਿਕਟਾਂ ਦੀ ਵੰਡ ਚ ਪਾਰਦਰਸ਼ਤਾ ਨਹੀਂ ਹੋਊਗੀ ਤਾਂ ਇਹੋ ਜਿਹੇ ਸਵਾਲ ਜਿਹੜੇ ਹੈਗੇ ਆ ਉਹ ਪੈਦਾ ਹੋਣੇ। ਰਾਜੂ ਜੀ, ਰਾਜੂ ਜੀ, ਸੁਖਬੀਰ ਸਿੰਘ ਬਾਦਲ ਨੇ ਇੱਕ ਸਟੇਟਮੈਂਟ ਦਿੱਤੀ ਸੀ, ਕਹਿੰਦੇ ਮੈਂ ਢੀਂਡਸਾ ਸਾਹਿਬ ਨੂੰ ਆਪ ਦੱਸ ਕੇ ਆਇਆ ਜਾ ਕੇ, ਕਹਿੰਦੇ ਉਹਨਾਂ ਨੇ ਮੇਰੀ ਗੱਲ ਨੂੰ ਮੰਨਿਆ ਇਸ ਚੀਜ਼ ਨੂੰ ਕਿ ਝੂੰਦਾ ਸਾਹਿਬ ਨੂੰ ਪਹਿਲਾਂ ਪ੍ਰੋਮਿਸ ਕਰ ਚੁੱਕੇ ਆ। ਜਿਹੜਾ ਪਾਰਲੀਮੈਂਟਰੀ ਬੋਰਡ ਦੀ ਤੁਸੀਂ ਗੱਲ ਕਰਦੇ ਪਏ ਹੋ ਰਾਜੂ ਵਿਲਮ ਜੀ, ਉਹ ਸਵਾਲ ਇਹਦੇ ਨਾਲ ਟਕਰਾਅ ਕਰਦਾ ਪਿਆ ਸਵਾਲ? ਨਹੀਂ, ਸਿੱਧਾ ਜਿਹਾ ਮਸਲਾ ਕੋਈ ਟਕਰਾਅ ਵਾਲਾ ਨਹੀਂ। ਗੱਲ ਜਿਹੜਾ ਹੁੰਦਾ ਹੈ ਕਿ ਸਿਸਟਮ ਇੱਕ ਤੁਸੀਂ ਇਹੋ ਜਿਹਾ ਬਣਾਉਣਾ ਹੈ ਜਿਹਦੇ ਵਿੱਚ ਜਿਹੜਾ ਇੰਡੀਵਿਜੁਅਲ, ਹੁਣ ਇਹ ਸਵਾਲ ਹੈ ਵੀ ਜੇ ਸੁਖਬੀਰ ਸਿੰਘ ਬਾਦਲ ਕਹਿਣਗੇ ਤਾਂ ਫਿਰ ਆਪਾਂ ਗੱਲ ਮੰਨਾਂਗੇ। ਹੁਣ ਸੁਖਬੀਰ ਸਿੰਘ ਬਾਦਲ ਜੋ ਕਹਿ ਰਹੇ ਨੇ ਜਾਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਕਹਿ ਰਹੇ ਨੇ, ਉਹਦੀ ਜਿਹੜੀ ਵੈਰੈਸਿਟੀ ਹੈਗੀ ਹੈ ਵੀ ਉਹ ਕੌਣ ਸਹੀ ਕਹਿ ਰਿਹਾ ਕੌਣ, ਇਹਦਾ ਤਮੰਨਾ ਕੀ, ਇਹ ਕੌਣ ਤੈਅ ਕਰੂਗਾ, ਨਹੀਂ ਕਰ ਸਕਦਾ। ਇਹ ਇਸ ਕਰਕੇ ਜਦੋਂ ਕੋਈ ਸਿਸਟਮ ਹੁੰਦਾ ਹੈਗਾ, ਜਦੋਂ ਸਾਰਿਆਂ ਦੀ ਮੌਜੂਦਗੀ ਚ ਗੱਲ ਹੁੰਦੀ ਆ, ਉੱਥੇ ਫਿਰ ਓਹਲਾ ਪਰਦੇਦਾਰੀ ਤਾਂ ਹੁੰਦੀ ਨੀ ਹੈਗੀ। ਇਹੀ ਪਾਰਦਰਸ਼ਤਾ ਔਰ ਅਕਾਲੀ ਦਲ ਦਾ ਇਤਿਹਾਸ ਇੱਕ ਡੈਮੋਕ੍ਰੈਟਿਕ ਇਤਿਹਾਸ ਹੈ। ਉਹ ਜਿਹੜਾ ਡੈਮੋਕ੍ਰੈਟਿਕ ਟੈਂਪਰ ਜਿਹੜਾ ਅਕਾਲੀ ਦਲ ਦਾ ਉਹਨੂੰ ਖੋਰਾ ਲੱਗਿਆ, ਇਸ ਕਰਕੇ ਆਹ ਵਾਲਾ ਸੰਕਟ ਪੈਦਾ ਹੋ। ਚਲੋ ਇੱਕ ਹੋਰ ਛੋਟਾ ਬ੍ਰੇਕ, ਬ੍ਰੇਕ ਤੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ, ਅਸੀਂ ਹੋਵਾਂਗੇ ਕਿ ਸੰਕਟ 'ਚ ਅਕਾਲੀਆਂ ਦਾ ਇੱਕ ਸਾਡਾ ਸਵਾਲ ਹੀ ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹੜੇ ਧਰਮ ਸੰਕਟ 'ਚ ਪਾਇਆ? ਖਾਲਸਾ ਜੀ, ਮਲੂਕਾ ਸਾਹਿਬ 'ਤੇ ਕਾਰਵਾਈ ਕਰਨ 'ਤੇ ਟਾਈਮ ਕਿਉਂ ਲੱਗ ਗਿਆ? ਦੇਖੋ ਜੀ, ਮਲੂਕਾ ਸਾਹਿਬ ਤੇ ਕਾਰਵਾਈ ਕਰਨੀ ਨਾ ਕਰਨੀ ਇਹ ਕੋਰ ਕਮੇਟੀ ਦਾ ਫੈਸਲਾ, ਪਰ ਇਹ ਆ ਵੀ ਜਿੱਥੇ ਤੱਕ ਤਾਂ ਮਲੂਕਾ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਵਾਕਈ ਉਹਦਾ ਧਰਮ ਸੰਕਟ ਸੀਗੇ ਵੀ ਕਰੇ, ਪਰ ਇਹ ਆ ਵੀ ਚਲੋ ਕੋਈ ਨੀ, ਕੋਰ ਕਮੇਟੀ ਲੈਟ ਸੀ, ਕੋਰ ਕਮੇਟੀ ਕੀ ਫੈਸਲਾ ਸ਼੍ਰੋਮਣੀ ਅਕਾਲੀ ਦਲ ਦਾ ਧਰਮ ਸੰਕਟ 'ਚ ਹੈ ਜਾਂ ਮਿਸਟਰ ਮਲੂਕਾ ਧਰਮ ਸੰਕਟ 'ਚ ਹੈ? ਬਸ ਇਹ ਆ ਵੀ ਮਲੂਕਾ ਸਾਹਿਬ ਨੇ ਤਾਂ ਆਪਣਾ ਸਟੈਂਡ ਸ਼ੁਰੂ ਤੋਂ ਹੀ ਸਪਸ਼ਟ ਕੀਤਾ ਸੀਗਾ ਵੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੂੰ। ਚਲੋ ਤੁਸੀਂ ਉਹਨਾਂ ਨੂੰ ਨਾਲ ਦੀ ਨਾਲ ਉੱਥੋਂ ਤਾਂ ਵਾਪਸ ਬੁਲਾ ਲਿਆ ਸੀ ਜਿੱਥੇ ਉਹਨਾਂ ਡਿਊਟੀ ਲੱਗੀ ਹੋਈ ਸੀ ਚੋਣਾਂ 'ਚ, ਬੀਬੀ ਬਾਦਲ ਨਾਲ ਪ੍ਰਚਾਰ ਕਰਦੇ ਪਏ ਸੀ ਉਹ ਤਾਂ। ਨਹੀਂ ਚਲੋ, ਉਹ ਤਾਂ ਦੂਜੇ ਬੰਦੇ ਸਾਨੂੰ ਲੋੜ ਸੀ ਨਾ, ਦੂਜੇ ਬੰਦੇ ਉਹਨਾਂ ਨੂੰ ਨਾਲ। ਮੈਨੂੰ ਖਾਲਸਾ ਜੀ, ਖਾਲਸੇ ਤੁਸੀਂ ਢੀਂਡਸਾ ਸਾਹਿਬ ਨੂੰ ਸਰਪ੍ਰਸਤ ਮੰਨਦੇ ਹੋ? ਦੇਖੋ ਜੀ, ਜਦ ਤੱਕ ਤਾਂ ਇੰਨੇ ਆ ਵੀ ਅਸੀਂ ਵੀ ਮੰਨਦੇ ਹਾਂ, ਕੋਈ ਗੱਲ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਅੱਜ ਸਰਪ੍ਰਸਤ। ਚਲੋ, ਮੇਰੀ ਬੇਨਤੀ ਹੈ ਸਰ, ਮੇਰੀ ਬੇਨਤੀ ਹੈ ਖਾਲਸਾ ਜੀ, ਤੁਸੀਂ ਬੜੇ ਸੰਜੀਦਾ ਆਦਮੀ ਹੋ, ਵੈਬਸਾਈਟ 'ਤੇ ਜ਼ਰੂਰ ਅਪਡੇਟ ਕਰ ਦਿਓ ਸਰ, ਉੱਥੇ ਪੈਟਰਨ ਹਜੇ ਵੀ ਪ੍ਰਕਾਸ਼ ਸਿੰਘ ਬਾਦਲ ਸ਼ੋਅ ਹੋ ਰਿਹਾ। ਹਰਸਿਮਰਤ ਸਿੰਘ ਜੀ, ਟੈਕਨੀਕਲ ਕਰਾ ਦਿੰਦੇ ਹਾਂ। ਹਾਂ ਬਿਲਕੁਲ, ਉਹ ਕਰਵਾ ਦਿਓ ਸਰ, ਮੈਂ ਤਾਂ ਹੀ ਪੁੱਛਿਆ ਤੁਸੀਂ ਸਰਪ੍ਰਸਤ ਮੰਨਦੇ ਹੋ ਤਾਂ ਸਰ ਉੱਥੇ ਵੀ ਅਪਡੇਟ ਹੋ ਜਾਵੇ ਤਾਂ ਚੰਗੀ ਗੱਲ ਹੈ। ਹਰਸਿਮਰਤ ਸਿੰਘ, ਚਲੋ ਹਰਸਿਮਰਤ ਸਿੰਘ ਜੀ, ਸਰ ਮੇਰਾ ਸਵਾਲ ਇਹ ਹੈ ਸਰ, ਸ਼੍ਰੋਮਣੀ ਅਕਾਲੀ ਦਲ ਤੁਸੀਂ ਡੈਮੋਕ੍ਰੇਸੀ ਵਾਲਾ ਸਵਾਲ ਚੁੱਕਦੇ ਪਿਓ, ਇਹਨਾਂ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਰਾਜੂ ਵਿਲੀਅਮ ਹਰੀ ਵੀ ਇਹੀ ਸਵਾਲ ਚੁੱਕਦੇ ਪਿਆ, ਸਰ ਇਹਨਾਂ ਡੈਮੋਕ੍ਰੇਸੀ ਲਈ ਕੀ ਕਰਨਾ ਪਊਗਾ ਸਰ, ਮੈਨੂੰ ਉਹ ਤਾਂ ਦੱਸ ਦਿਓ ਨਾ, ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਨਹੀਂ ਸਰ ਇਹਨਾਂ ਡੈਮੋਕ੍ਰੇਸੀ ਕਿਵੇਂ ਬਹਾਲ ਕਰਨੀ ਹੈ ਸਰ? ਇਹ ਕੋਈ ਔਖਾ ਨਹੀਂ ਹੈ ਜੀ ਕੰਮ, ਇਹ ਕੋਈ ਔਖਾ ਕੰਮ ਨਹੀਂ ਹੈ ਜੀ। ਮੇਰਾ ਮੇਰਾ ਵਿਚਾਰ ਇਹ ਹੈ ਕਿ ਅਕਾਲੀ ਦਲ ਦੀ ਰਿਵਾਈਵਲ ਫਰੋਮ ਦਾ ਗਰਾਸ ਰੂਟਸ ਹੋਵੇ, ਪਿੰਡ ਪੱਧਰ ਤੋਂ, ਲੋਕਾਂ ਦੇ ਧਰਾਤਲ ਤੋਂ ਜਦ ਤੱਕ ਸ਼ੁਰੂ ਹੋਵੇ, ਮੈਂਬਰਸ਼ਿਪ ਬਣਨ,
ਦੁਬਾਰਾ ਨਵੀਂ ਮੈਂਬਰਸ਼ਿਪ ਦਾ ਸ਼ੁਰੂ ਹੋਵੇ ਉਹਦੇ ਜਿਹੜੇ ਸਾਰੇ ਜ਼ੋਨ ਡਿਸਟ੍ਰਿਕਟ ਤਹਿਸੀਲ ਸਾਰੇ ਪੱਧਰ ਜਿਹੜੇ ਨੌਜਵਾਨ ਨਵੇਂ ਨੇ ਉਹਨਾਂ ਨੂੰ ਲਿਆਂਦਾ ਜਾਵੇ ਲੀਡਰਸ਼ਿਪ ਸਾਹਮਣੇ ਆਵੇ ਐਚ ਜੀ ਪੀ ਸੀ ਦਾ ਜਿਹੜਾ ਹੈਗਾ ਉਹਦੇ 'ਤੇ ਜਿਹੜਾ ਕੰਟਰੋਲ ਹੈ ਐਚ ਜੀ ਪੀ ਸੀ ਜਿਹੜਾ ਅਕਾਲੀ ਦਲ ਨਰਮ ਕਰੇ ਅਕਾਲ ਤਖ਼ਤ ਸਾਹਿਬ ਜਥੇਦਾਰ ਸਾਹਿਬਾਨ ਦੀ ਨਿਯੁਕਤੀ 'ਤੇ ਪਾਰਦਰਸ਼ਤਾ ਥੋੜ੍ਹਾ ਥੋੜ੍ਹਾ ਜਿਹਾ ਕੰਮ ਕੀਤਾ ਨਾ ਹਰਸਿਮਰ ਸਿੰਘ ਜੀ ਯੂਥ ਲੀਡਰ ਉਹ ਲੈ ਕੇ ਆਏ ਕੰਮ ਕਰਦਾ ਮੁੰਡਾ ਲੈ ਕੇ ਆਏ ਅੱਗੇ ਸਰ ਮਿਸਟਰ ਝਿੰਜਰਹਰ ਨੂੰ ਅੱਗੇ ਲੈ ਕੇ ਆਏ ਆ ਫਿਰ ਉਹ ਪਰਿਵਾਰ 'ਚੋਂ ਇੱਕ ਜਣੇ ਨੂੰ ਟਿਕਟ ਦਿੱਤੀ ਲੋਕ ਸਭਾ ਚੋਣਾਂ ਵਾਲੀ ਕੁਛ ਕੰਮ ਤਾਂ ਕੀਤੇ ਅਕਾਲੀ ਦਲ ਨੇ ਜੇ ਆਪਾਂ ਬਿਲਕੁਲ ਨਿਖੇਧੀ ਕਰਨੀ ਅਕਾਲੀ ਦਲ ਦੀ ਹਰਸਿਮਰ ਸਿੰਘ ਮੇਰੀ ਗੱਲ ਸੁਣੋ ਮੈਂ ਨਿਖੇਧੀ ਨਹੀਂ ਕਰਦਾ ਕੇ ਪੀ ਸਿੰਘ ਮੈਂ ਨਿਖੇਧੀ ਆਫਟਰ ਸਾਡੇ ਕੋਲ ਹੈ ਕਿ ਹੋਰ ਜੋ ਪਾਰਟੀ ਤੋਂ ਪੈਰਲ ਆਲਟਰਨੇਟਿਵਸ ਕੋਈ ਹੈ ਨਹੀਂ ਬਹੁਤ ਕਮਜ਼ੋਰ ਨੇ ਜਿਹੜੇ ਹੁਣ ਉੱਭਰ ਵੀ ਰਹੇ ਨੇ ਉਹ ਉਹਨੂੰ ਵੇਖਦੇ ਹੋ ਵੱਖਰਾ ਵਿਸ਼ਾ ਹੈਗਾ ਮੈਂ ਜਿਹੜੀ ਤੁਸੀਂ ਸਵਾਲ ਕੀਤਾ ਨਾ ਕਿ ਉਹ ਹੈ ਕਿ ਇੰਟਰਨਲ ਡੈਮੋਕ੍ਰੇਸੀ ਜਿਹੜੀ ਹੈ ਉਹ ਲੋਕਾਂ ਦੀ ਭਾਗੀਦਾਰੀ ਨਾਲ ਹੋਏਗੀ ਲੋਕਾਂ ਦੀ ਪਾਰਟੀਸਪੇਸ਼ਨ ਲੈਂਦੀ ਜਾਏ ਪਾਰਟੀ ਦੇ ਵਿੱਚ ਫਰੋਮ ਪਿੰਡ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਔਰ ਸਟੇਟ ਲੈਵਲ ਤੱਕ ਇਹ ਜੇਕਰ ਭਾਗੀਦਾਰੀ ਜਿਹੜੀ ਪਾਰਟੀਸਪੇਟਿਵ ਡੈਮੋਕ੍ਰੇਸੀ ਕਹਿੰਦੇ ਹਾਂ ਜਦ ਤੱਕ ਲੋਕਾਂ ਨੂੰ ਮਹਿਸੂਸ ਨਹੀਂ ਹੋਏਗਾ ਕਿ ਸਾਡੀ ਪਾਰਟੀ ਹੈ ਇਹਦੇ ਇਹ ਨਿਸ਼ਾਨੇ ਹੈਗੇ ਨੇ ਹੁਣ ਮੈਂ ਸਵਾਲ ਦੇ ਖਾਲਸਾ ਜੀ ਜੋ ਐਲਾਨਨਾਮਾ ਜਾਰੀ ਕੀਤਾ ਗਿਆ ਇਲੈਕਸ਼ਨਾਂ ਦੇ ਵਿੱਚ ਉਹ ਐਲਾਨਨਾਮਾ ਕਿੱਥੇ ਹੈ ਕਿਸੇ ਗੱਲ ਕੀਤੀ ਉਹਦੀ ਅੱਜ ਮੈਂ ਹਰਚਰਨ ਬੈਂਸ ਨੂੰ ਸੁਣ ਰਿਹਾ ਸੀਗਾ ਉਹਨਾਂ ਕੋਲ ਚਾਰ ਅੱਖਰ ਨਹੀਂ ਕਹੇਗੇ ਐਲਾਨਨਾਮੇ ਬਾਰੇ ਸੋ ਮੇਰਾ ਕਹਿੰਦਾ ਭਾਵ ਕਿ ਇਸ ਤਰ੍ਹਾਂ ਜਦੋਂ ਤੁਸੀਂ ਮਜ਼ਾਕ ਕਰਦੇ ਹੋ ਸਾਰੀ ਜਿਹੜੀ ਸਾਡੀ ਜਿਹੜੀ ਸਾਰੀ ਉਸ ਕੰਪੇਨ ਹੈ ਉਹਦੇ ਇੱਕ ਤਰ੍ਹਾਂ ਦਾ ਵੀਕ ਲਿੰਕਸ ਹੈਗੇ ਨੇ ਮੇਰਾ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਦ ਤੱਕ ਲੋਕਾਂ ਦੀ ਪਾਰਟੀਸਪੇਸ਼ਨ ਨਹੀਂ ਹੁੰਦੀ ਔਰ ਹਿੰਦੂ ਸਿੱਖ ਤਾਂ ਜਿਹੜੇ ਸਾਰੇ ਦੇ ਸਾਰੇ ਪੰਜਾਬ ਵਾਸੀ ਨੇ ਅਕਾਲੀ ਦਲ ਨੂੰ ਦੁਬਾਰਾ ਫਿਰ ਉਸ ਤਰ੍ਹਾਂ ਪਿਆਰ ਨਹੀਂ ਕਰਦੇ ਔਰ ਲੀਡਰਸ਼ਿਪ ਜਿਹੜੀ ਹੈ ਉਹ ਸਾਰੇ ਸੰਭਾਲ ਲੈ ਕੇ ਲੋਕਾਂ ਦੀ ਪਾਰਟੀਸਪੇਸ਼ਨ ਲਈ ਕੀ ਕਰੇ ਅਕਾਲੀ ਦਲ ਸਰ ਯਾਤਰਾ ਕੱਢੀ ਇਹਨਾਂ ਨੇ ਪੰਜਾਬ ਬਚਾਓ ਯਾਤਰਾ ਕੱਢੀ ਹਰਸਿਮਰ ਸਿੰਘ ਜੀ ਉਹ ਲੋਕਾਂ ਦੀ ਹਿੱਸੇਦਾਰੀ ਵਧਾਉਣ ਲਈ ਕੱਢੀ ਨਾ ਹਰਸਿਮਰ ਜੀ ਹੋਰ ਲੋਕਾਂ ਦੀ ਪਾਰਟੀਸਪੇਸ਼ਨ ਕਿਵੇਂ ਵਧੇ ਸਰ ਪੰਜਾਬ ਬਚਾਓ ਯਾਤਰਾ ਦਾ ਤੁਸੀਂ ਪਹਿਲਾਂ ਕਨਸੈਪਟ ਸਮਝੋ ਪੰਜਾਬ ਬਚਾਓ ਯਾਤਰਾ ਦਾ ਪਹਿਲਾਂ ਤਾਂ ਇਹ ਹੈ ਕਿ ਪੰਜਾਬ ਕਿਹਦੇ ਕੋਲ ਬਚਾਉਣਾ ਹੈ ਕਈ ਸਵਾਲ ਉੱਠੇ ਮੁੱਦੇ ਕੀ ਨੇ ਜੇ ਤੁਸੀਂ ਲੈ ਕੇ ਆਏ ਹੋ ਬੱਚੇ ਕੀ ਯਾਤਰਾ ਕੱਢੀ ਚਾਹੇ ਤੁਸੀਂ ਰੋਡ ਸ਼ੋਅ ਕੀਤੇ ਚਾਹੇ ਲੋਕਾਂ ਕੋਲ ਜਿਵੇਂ ਗਏ ਪਰ ਸੱਥਾਂ ਤਾਂ ਤੁਸੀਂ ਗਏ ਹੀ ਨਾ ਜੀ ਲੋਕਾਂ ਦੇ ਇਸ਼ੂ ਤਾਂ ਸਟ੍ਰੈਸ ਹੀ ਨਹੀਂ ਕੀਤੇ ਨਾ ਲੋਕਾਂ ਨਾਲ ਸੰਪਰਕ ਆਇਆ ਉਹਦੇ ਤੁਸੀਂ ਜਾਂਦੇ ਜੇ ਮੈਂ ਰਾਹੁਲ ਗਾਂਧੀ ਦੀ ਗੱਲ ਕਰਦਾ ਰਾਹੁਲ ਗਾਂਧੀ ਲੋਕਾਂ ਨੇ ਗਿਆਨ ਸੰਵਾਦ ਰਚਾਇਆ ਨਹੀਂ ਉਸਨੇ ਇਹਨਾਂ ਦੇ ਇੱਕ ਲੀਡਰ ਨੇ ਕਿਹਾ ਕਿ ਕੌਮੀ ਰੋਡ ਮੈਪ ਨਹੀਂ ਸੀ ਸਾਡੇ ਕੋਲ ਤਾਂ ਕਰਕੇ ਪਾਰਟੀ ਨੂੰ ਨੁਕਸਾਨ ਹੋਇਆ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਕੌਮੀ ਰੋਡ ਮੈਪ ਨਹੀਂ ਸੀਗਾ ਸ਼੍ਰੋਮਣੀ ਅਕਾਲੀ ਦਲ ਕੋਲ ਪਾਰਟੀ ਕੋਲ ਕਿਸੇ ਤਰ੍ਹਾਂ ਦਾ ਕੋਈ ਰੋਡ ਮੈਪ ਨਹੀਂ ਹੈ ਕੋਈ ਏਜੰਡਾ ਨਹੀਂ ਹੈ ਕੋਈ ਪੰਜਾਬ ਸੈਂਟਰ ਜਿਹੜੀ ਹੈ ਵਿਜ਼ਨ ਨਹੀਂ ਹੈਗਾ ਉਹ ਵਿਜ਼ਨ ਲੈ ਆਣ ਔਰ ਲੋਕਾਂ ਨੂੰ ਪਾਰਟੀਸਪੇਟਿਵ ਡੈਮੋਕ੍ਰੇਸੀ ਚ ਆ ਕੇ ਪਾਰਟੀ ਚ ਆ ਜਾਏ ਡੈਮੋਕ੍ਰੇਸੀ ਵਿਦਨ ਵਿਦਨ 6 ਮੰਥ ਰਿਵਾਈਵ ਹੋ ਜਾਏਗਾ ਅਮਰਿੰਦਰ ਸਿੰਘ ਮੈਂ ਆ ਰਿਹਾ ਰਾਜੂ ਜੀ ਲਾਸਟ ਮਿੰਟ ਤੁਹਾਡੇ ਤੋਂ ਲਊਂਗਾ ਅਮਰਿੰਦਰ ਸਿੰਘ ਇਹ ਕਰੇ ਲੋਕਾਂ ਦੀ ਪਾਰਟੀਸਪੇਸ਼ਨ ਵਧਣੀ ਚਾਹੀਦੀ ਸਰ ਅਕਾਲੀ ਦਲ ਦੇ ਵਿੱਚ ਇੰਨੀ ਮੈਂਬਰਸ਼ਿਪ ਹੈ ਇੰਨਾ ਕਾਡਰ ਹੈ ਉਹਨਾਂ ਦਾ ਅਮਰਿੰਦਰ ਸਿੰਘ ਲੋਕਾਂ ਦੀ ਪਾਰਟੀਸਪੇਸ਼ਨ ਹੋਰ ਕਿਵੇਂ ਹੁੰਦੀ ਹੈ ਸਰ ਨਹੀਂ ਮੈਂਬਰਸ਼ਿਪ ਔਰ ਕਾਡਰ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹੁੰਦਾ ਸੀ ਉਹ ਹੁਣ ਨਹੀਂ ਹੈ ਨਹੀਂ ਹੈਗਾ ਜੇ ਹੁਣ ਹੁੰਦਾ ਤਾਂ ਫਿਰ ਜਮਾਨਤਾਂ ਜਬਤਨਾ ਹੁੰਦੀਆਂ ਤੇ ਵਿਧਾਨ ਸਭਾ ਵਿੱਚ ਆ ਜਾਊਗਾ ਕਾਡਰ ਵਾਪਸ ਆ ਜਾਊਗਾ ਵਿਧਾਨ ਸਭਾ ਜੀ ਉਹ ਕੈਡਰ ਕਿੱਥੇ ਚਲਾ ਗਿਆ ਉਹ ਮੈਂਬਰਸ਼ਿਪ ਕਿੱਥੇ ਚਲੀ ਗਈ ਕਿ ਇੰਨੇ ਮਤਲਬ ਐਨ ਬਲੌਕ ਤੁਸੀਂ ਇੱਕ ਸਿਰੇ ਤੋਂ ਸ਼ੁਰੂ ਹੋ ਜਾਓ 13 ਦੇ ਵਿੱਚੋਂ ਮੋਰ ਦੈਨ 10 ਦੇ ਵਿੱਚ ਤੁਹਾਡੀਆਂ ਜਮਾਨਤਾਂ ਜਬਤ ਹੈ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਫਟਰ ਆਲ ਅਕਾਲੀ ਲੀਡਰਸ਼ਿਪ ਕੀ ਸੋਚ ਰਹੀ ਹੈ ਅਸੀਂ ਕਰਨਾ ਕੀ ਹੈ ਕੀ ਅਸੀਂ ਪਾਵਰ ਦੇ ਲਈ ਇਹ ਸਾਰਾ ਕੁਝ ਕਰ ਰਹੇ ਹਾਂ ਜੇ ਪਾਵਰ ਲਈ ਕਰ ਰਹੇ ਹਾਂ ਤਾਂ 2014 ਤੋਂ 2024 ਆ ਗਿਆ 10 ਸਾਲਾਂ ਦੇ ਵਿੱਚ ਸਿੰਗਲ ਵਿਕਟਰੀ ਤੁਹਾਡੇ ਨਹੀਂ ਤੁਸੀਂ ਇਹ ਕਹਿਣਾ ਚਾਹ ਰਹੇ ਪੰਥ ਬਚਾਉਣ ਲਈ ਲੜਾਈ ਲੜੋ ਕੁਰਸੀ ਲਈ ਲੜਾਈ ਨਾ ਲੜੋ ਨਹੀਂ ਤੁਹਾਨੂੰ ਆਪਣੇ ਮਾਈਂਡ ਦੇ ਵਿੱਚ ਤਾਂ ਕਲੈਰਿਟੀ ਚਾਹੀਦੀ ਹੈ ਨਾ ਕਿ ਤੁਸੀਂ ਖਾਲੀ ਸਮਾਜ ਸੇਵਾ ਹੀ ਕਰਨੀ ਹੈ ਜੇ ਸਮਾਜ ਸੇਵਾ ਕਰਨੀ ਹੈ ਤਾਂ ਉਹਦਾ ਡਿਫਰੈਂਟ ਪੈਡਸਟਾਈਲ ਹੈਗਾ ਜੇ ਤੁਸੀਂ ਪਾਵਰ ਪੋਲਿਟਿਕਸ ਦੇ ਵਿੱਚ ਆਉਣਾ ਉਹਦਾ ਡਿਫਰੈਂਟ ਪੈਡਸਟਾਈਲ ਹੈਗਾ ਜੇ ਪਾਵਰ ਪੋਲਿਟਿਕਸ ਤੁਸੀਂ ਰੈਗੂਲਰਲੀ ਵਨ ਆਫਟਰ ਅਨਦਰ ਫੇਲੀਅਰ ਹੀ ਫੇਲੀਅਰ ਫੇਲੀਅਰ ਹੀ ਫੇਲੀਅਰ ਤੇ ਉਹਨੂੰ ਆਪਣਾ ਕਰੈਕਸ਼ਨ ਮੋਡ 'ਚ ਨਹੀਂ ਆ ਰਹੇ ਤੇ ਫਿਰ ਕੁਛ ਨਾ ਕੁਛ ਤੁਹਾਨੂੰ ਕਰਨਾ ਪਏਗਾ ਕਰੈਕਸ਼ਨ ਮੋਡ 'ਚ ਆ ਗਿਆ ਤੁਸੀਂ ਵਾਪਸ ਆ ਜਾਓਗੇ ਅਕਾਲੀ ਦਲ 'ਚ ਮੈਂ ਕਿਹਾ ਜੀ ਉੱਥੇ ਤਾਂ ਪੋਜੀਸ਼ਨ ਇਹ ਹੈ ਉਹ ਤਾਂ ਕਹਿੰਦੇ ਆ ਕਿ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ ਉੱਥੇ ਅਸੀਂ ਕਿਵੇਂ ਵੜ ਜਾਈਏ ਉੱਥੇ ਤਾਂ ਖਾਲੀ ਇੱਕੋ ਹੀ ਮਿਰਜ਼ਾ ਫਿਰ ਰਿਹਾ
ਪ੍ਰੋਬਲਮ ਤਾਂ ਸਾਰੀ ਇਹ ਹੈ ਉਹ ਕਿਸੇ ਨੂੰ ਕਲੈਕਟਿਵਲੀ ਨਾਲ ਲੈ ਕੇ ਚੱਲਣ ਲਈ ਹੈ। ਸ਼੍ਰੋਮਣੀ ਅਕਾਲੀ ਦਲ ਵਿੱਚ ਮੇਰੇ ਦਾ ਜ਼ਿਕਰ ਹੋਊਗਾ ਜੋ ਸ਼੍ਰੋਮਣੀ ਅਕਾਲੀ ਦਲ ਡਿਬੇਟ ਹੋਊਗੀ, ਇਹ ਪਹਿਲੀ ਵਾਰੀ ਮੇਰੇ ਨਾਲ ਹੋ ਰਿਹਾ ਹੈ। ਰਾਜੂ ਵਿਲੀਅਮ ਜੀ, ਲਾਸਟ ਕਮੈਂਟ ਸਰ। ਰਾਜੂ ਵਿਲੀਅਮ ਜੀ, ਮੇਰਾ ਸਵਾਲ ਹੈ ਰਾਜੂ ਵਿਲੀਅਮ ਜੀ, ਅਕਾਲੀ ਦਲ ਦੇ ਸਪੋਕਸਪਰਸਨ ਜਿਸ ਪੋਜੀਸ਼ਨ 'ਚ ਬੈਠੇ ਹੋਏ ਆ, ਮੈਨੂੰ ਵੀ ਕਈ ਵਾਰੀ ਫੀਲ ਹੁੰਦਾ ਕਿ ਤਿੰਨ ਪਾਸਿਓਂ ਉਹਨਾਂ ਨੂੰ ਸੁਣਨਾ ਪੈ ਰਿਹਾ, ਪਰ ਫਿਰ ਵੀ ਉਹ ਜਵਾਬ ਦੇਣ ਲਈ ਬੈਠੇ ਹੋਏ ਆ। ਬਹੁਤ ਸੰਜੀਦਾ ਆਗੂ ਨੇ ਮਿਸਟਰ ਖਾਲਸਾ, ਪਰ ਕਈ ਜਿਹੜੀਆਂ ਪਾਰਟੀ ਲਾਈਨ ਆ ਉਹਨਾਂ ਤੋਂ ਪਾਸੇ ਵੀ ਨਹੀਂ ਜਾਇਆ ਜਾ ਸਕਦਾ। ਰਾਜੂ ਵਿਲੀਅਮ, ਰਾਜੂ ਵਿਲੀਅਮ, ਸੁਖਬੀਰ ਸਿੰਘ ਬਾਦਲ ਹਰੀ ਉਹਨਾਂ ਦਾ ਜਿਹੜਾ ਬਚਪਨ ਆ, ਉਹਨਾਂ ਦੀ ਜਵਾਨੀ ਆ, ਜਾਂ ਹੁਣ ਜਿੱਥੇ ਤੱਕ ਪਹੁੰਚਿਆ ਸਰ, ਪੂਰੀ ਉਹਨਾਂ ਦੀ ਸਿਆਸਤ 'ਚ ਗੁਜ਼ਰੀ ਹੈ। ਰਾਜੂ ਵਿਲੀਅਮ ਜੀ, ਤੁਸੀਂ ਉਹਨਾਂ ਦੇ ਪਰਿਵਾਰ ਨੂੰ ਬਹੁਤ ਨੇੜਿਓਂ ਦੇਖਿਆ। ਰਾਜੂ ਵਿਲੀਅਮ ਜੀ, ਸਰ ਸਵਾਲ ਇਹ ਹੈ ਕਿ ਉਹ ਇਸ ਸੰਕਟ ਦੇ ਵਿਚਾਲੇ ਕੀ ਕਰ ਕੀ ਰਹੇ ਆ ਸਰ? ਸਭ ਤੋਂ ਪਹਿਲਾਂ ਤਾਂ ਸਰਦਾਰ ਗੁਰਪ੍ਰੀਤ ਸਿੰਘ ਖਾਲਸਾ ਜੀ ਇਸੇ ਕਰਕੇ ਅਕਾਲੀ ਦਲ ਬਚੂਗਾ ਜਦੋਂ ਤੱਕ ਇਹਨਾਂ ਵਰਗੀ ਕਮਿਟਮੈਂਟ ਵਾਲੇ ਕਿ ਇਸ ਸੰਕਟ ਦੀ ਘੜੀ 'ਚ ਵੀ ਇਹ ਪਾਰਟੀ ਨੂੰ ਡਿਫੈਂਡ ਕਰ ਰਹੇ ਨੇ, ਇਹ ਤਾਕਤ ਹੈ ਅਕਾਲੀ। ਠੀਕ ਹੈ ਜੀ, ਹੁਣ ਇਹਦੇ ਚੋਂ ਨਿਕਲਣਾ ਕਿਵੇਂ ਹੈ ਜੀ? ਇਹਨਾਂ ਵਰਗੇ ਕਮਿਟਡ ਹੋਰ ਵੀ ਬਹੁਤ ਹੈਗੇ, ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਅਮਰਿੰਦਰ ਹੋਰੀ ਬੈਠੇ ਹੈਗੇ ਕਿ ਹੀ ਇਜ਼ ਲੈਸ ਕਮਿਟਡ। ਠੀਕ ਹੈ ਜੀ, ਜਿੱਥੋਂ ਤੀਕਰ ਪੰਥਕ ਸਿਧਾਂਤ ਦੀ ਗੱਲ ਹੈ, ਇਹਨਾਂ ਦੀ ਕਮਿਟਮੈਂਟ ਵੀ ਜਿਹੜੀ ਹੈਗੀ ਹੈ ਉਹ ਸ਼ੱਕ ਤੋਂ ਪਰਾਂ। ਠੀਕ ਹੈ ਜੀ, ਸਵਾਲ ਇਹ ਹੈਗਾ ਹੈ ਕਿ ਕੁਛ ਬੇਸਿਕ ਜਿਹੜੀਆਂ ਗਲਤੀਆਂ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ, ਔਰ ਉਹ ਇਹ ਹੈਗਾ ਹੈ, ਸਭ ਤੋਂ ਪਹਿਲੀ ਗੱਲ ਜਿਵੇਂ ਹਰਸਿਮਰਨ ਹੋਰਾਂ ਨੇ ਕਿਹਾ ਕਿ ਜੇ ਇਹਨੂੰ ਰਿਸਟੋਰ ਕਰਨਾ ਹੈਗਾ ਇੱਕ ਡੈਮੋਕ੍ਰੈਟਿਕ ਟੈਂਪਰ ਨੂੰ, ਤਾਂ ਇਹ ਨਹੀਂ ਹੈਗਾ ਕਿ ਵੀ ਲੋਕਾਂ ਦੀ ਪਾਰਟੀਸਪੇਸ਼ਨ ਸਿਰਫ ਗਿਣਤੀ ਦੇ ਪੱਖੋਂ ਤੇ ਆਓ ਬਈ ਆ ਰੈਲੀ ਹੋ ਰਹੀ ਹੈ, ਸੁਖਬੀਰ ਜੀ ਆ ਰਹੇ ਨੇ ਤੇ ਆਪਾਂ ਬੰਦੇ ਇਕੱਠੇ ਕਰਕੇ ਦੇ ਨਾ। ਹਿੱਸੇਦਾਰੀ, ਇੱਕ ਐਕਟਿਵ ਵੋਇਸ, ਉਹ ਹੋਊਗਾ ਕਿ ਪ੍ਰੋਸੀਜਰ, ਇੱਕ ਸਿਸਟਮ ਡੈਮੋਕ੍ਰੈਟਿਕ ਥੱਲੇ ਤੋਂ ਲੈ ਕੇ ਉੱਪਰ ਤੱਕ। ਠੀਕ ਹੈ, ਉਹ ਇੱਕ ਸਿਸਟਮ ਇਵੋਲਵ ਕਰਨਾ, ਉਹ ਇਹਨਾਂ ਦੀ ਜਿਵੇਂ ਉਹ ਬਾਅਦ ਚ ਗੱਲ ਕਰਾਂਗੇ ਵੀ ਉਹ ਸਿਸਟਮ ਇਵੋਲਵ ਕਿਉਂ ਨਹੀਂ ਹੋਇਆ। ਦੂਜੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਇਹ ਸਮਝ ਰਹੇ ਨੇ ਕਿ ਲੋਕ ਸਾਡੇ ਪ੍ਰਤੀ ਆਪਣੀ ਨਜ਼ਰ ਬਦਲਣ, ਅਸੀਂ ਉੱਥੇ ਦੇ ਉੱਥੇ ਰਹੀਏ, ਅਸੀਂ ਨਹੀਂ ਬਦਲਣਾ ਲੋਕ ਆਪਣੀ। ਜੀ ਸਰ, ਹਰਸਿਮਰਨ ਜੀ ਕੀ ਕਹਿ ਰਹੇ? ਮੈਂ ਕਹਿੰਦਾ ਤੁਹਾਨੂੰ ਸਹਿਮਤ ਹੈ, ਬਿਲਕੁਲ ਸਹਿਮਤ ਆ। ਅੱਜ ਹਰਚਰਨ ਸਿੰਘ ਬੈਂਸ ਫਿਰ ਲੋਕਾਂ ਨੂੰ ਇਲਜ਼ਾਮ ਦੇ ਰਹੇ ਸੀਗੇ ਆਪਣੀ ਇੰਟਰਵਿਊ ਦੇ ਵਿੱਚ। ਆਪਣੀ ਗੱਲ ਖਤਮ ਕਰੋ ਸਰ। ਤਾਂ ਉਹ ਕਹਿੰਦੇ ਆ ਕਿ ਲੋਕ ਬਦਲਣ, ਉਹਨਾਂ ਦਾ ਤੁਸੀਂ ਦੇਖੋ ਕੌਮੀ ਵਿਜ਼ਨ ਨਹੀਂ ਹੈ। ਬਿਲਕੁਲ ਠੀਕ ਕਹਿ ਰਹੇ ਨੇ, ਉਹ ਬਾਰ ਬਾਰ ਇਹੀ ਗੱਲ ਕਰ ਰਹੇ ਪੂਰੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਕਿ ਅਕਾਲੀ ਦਲ ਮਾਂ ਪਾਰਟੀ ਹੈ ਤੁਹਾਡੀ, ਆਪਣੀ ਪਾਰਟੀ ਖੇਤਰੀ ਪਾਰਟੀ, ਤਾਂ ਇਸ ਕਰਕੇ ਖੇਤਰੀ ਪਾਰਟੀ ਵੱਲ ਆਓ। ਕਿਉਂ ਕਿਵੇਂ ਆਓ, ਇਹਦੇ ਬਾਰੇ ਉਹ ਖਬੋਸ਼ ਨੇ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਸੁਖਬੀਰ ਬਾਦਲ ਇੱਕ ਬੇਸਿਕ ਗਲਤੀ ਕਰ ਰਹੇ, ਉਹ ਬੇਸਿਕ ਗਲਤੀ ਹੈਗੀ ਹੈ ਕਿ ਉਹ ਇਸ ਗੱਲ ਨੂੰ ਸਮਝ ਨਹੀਂ ਰਹੇ ਜਾਂ ਸਮਝ ਕੇ ਵੀ ਅਣਜਾਣ ਬਣ ਰਹੇ ਨੇ ਕਿ ਪੰਜਾਬ ਦੀ ਰਾਜਨੀਤੀ ਇਹ ਦੋ ਧਿਰੀ ਨਹੀਂ ਰਹਿ ਗਈ, ਇਟ ਇਜ਼ ਨੋ ਮੋਰ ਬਾਇਪੋਲਰ ਪੋਲੀਟਿਕਸ। ਹੁਣ ਜਿਹੜਾ ਵੋਟਰ ਹੈਗਾ ਇਨ ਜਨਰਲ ਤੇ ਸਿੱਖ ਵੋਟਰ ਇਨ ਪਰਟੀਕੁਲਰ, ਉਹਦੇ ਕੋਲ ਚੋਇਸ ਹੈ, ਉਹਦੇ ਕੋਲ ਉਹ ਕਿਤੇ ਵੀ ਜਾ ਸਕਦਾ। ਜਿਹੜਾ ਪ੍ਰਦਰਸ਼ਨ ਬੀਜੇਪੀ ਨੇ ਕੀਤਾ ਹੈਗਾ, ਉਹ ਕੱਲੀ ਇਹ ਨਹੀਂ ਹੈਗਾ ਕਿ ਹਿੰਦੂ ਵੋਟ ਮਿਲੀ ਉਹਨੂੰ, ਉਹਨਾਂ ਨੂੰ ਸਿੱਖ ਵੋਟ ਵੀ ਜਿਹੜੀ ਮਿਲੀ ਹੈ, ਉਹਨਾਂ ਨੂੰ ਨਾਨ ਹਿੰਦੂ ਵੋਟ ਵੀ ਮਿਲੀ ਹੈ, ਨਾਨ ਹਿੰਦੂ ਵੋਟ। ਅਦਰਵਾਈਜ਼ ਅਕਾਲੀ ਦਲ ਦਾ ਜਿਹੜਾ ਇਹੋ ਜਿਹਾ ਡੈਸਟਿਕ ਟਿਕਲਾਈਨ ਹੈ ਉਹਨੂੰ ਤੁਸੀਂ ਕਿਵੇਂ ਐਕਸਪਲੇਨ ਕਰੋਗੇ? ਆਪਣੇ ਕੋਲ ਵਕਤ ਹੁਣ ਇੰਨਾ ਹੀ ਹੈ, ਵਕਤ ਹੁਣ ਇੰਨਾ ਕਿਤੇ ਤਾਂ ਗਿਆ। ਜਿਹੜਾ ਸਭ ਤੋਂ ਵੱਧ ਗੇਨਰ ਹੈਗਾ ਉਹਦੇ ਵੱਲ ਗਿਆ ਹੈਗਾ, ਉਹ ਵਿਨਰ ਜਿਹੜਾ ਹੈਗਾ ਉਹ, ਬਾਕੀ ਤਾਂ ਬਰਾਬਰ ਹੈ, 26 ਤੇ ਉਹਨੇ 26 ਤੇ ਕਾਂਗਰਸ ਤੇ ਪਾਰਟੀ। ਆਖਰੀ ਕਮੈਂਟ ਅਮਰਿੰਦਰ ਸਿੰਘ ਜੀ ਤੁਹਾਡਾ। ਮਿਸਟਰ ਮਲੂਕਾ ਤੇ ਸੁਦੇਵ ਸਿੰਘ ਢੀਂਡਸਾ ਹਰਾਂ ਦਾ ਪਰਿਵਾਰ ਹੈ, ਕਿੰਨੀ ਦੇਰ ਅਕਾਲੀ ਦਲ ਵਿੱਚ ਰਹੂਗਾ?
ਇਹ ਡਿਪੈਂਡ ਕਰਦਾ ਜੀ ਸੁਖਬੀਰ ਬਾਦਲ ਦੀ ਵਿਮਸ ਐਂਡ ਫੈਂਸੀਜ਼ 'ਤੇ, ਉਹਨੇ ਕਿੰਨੀ ਦੇਰ ਰੱਖਣਾ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਦੇਸ਼ ਪ੍ਰਤਾਪ ਨਾਲ ਉਹਨੂੰ ਥਰੋ ਆਊਟ ਕੀਤਾ, ਹੋਰ ਵੱਡੇ ਵੱਡੇ ਬੰਦਿਆਂ ਨੂੰ ਥਰੋ ਆਊਟ ਕੀਤਾ, ਇਹ ਮੈਂ ਸਮਝਦਾ ਕਿ ਅਕਾਲੀ ਦਲ ਜਿਹੜਾ ਹੈਗਾ ਡਿਕਲਾਈਨ ਵੱਲ ਹੀ ਜਾਏਗਾ, ਅਤੇ ਸਾਡੇ ਵਰਗੇ ਜਿਹੜੇ ਲੋਕ ਹੈ ਉਹ ਖੂਨ ਦੇ ਅੱਥਰੂ ਪੀ ਕੇ ਘਰ ਹੀ ਬੈਠੇ ਰਹਿਣ। ਮਿਸਟਰ ਢੀਂਡਸਾ ਚਾਹੁੰਦੇ ਉਹ ਅਕਾਲੀ ਦਲ ਵਿੱਚ ਰਹਿਣ? ਮੈਂ ਖੁਦ ਚਾਹੁੰਦਾ ਮੈਂ ਅਕਾਲੀ ਦਲ 'ਚ ਰਹਾਂ। ਮਿਸਟਰ ਢੀਂਡਸਾ ਦਾ ਮੈਂ ਗਿਆ ਹੀ ਨਹੀਂ, ਮੈਂ ਅਜੇ ਤੱਕ ਨਹੀਂ ਗਿਆ ਅਕਾਲੀ ਦਲ ਦੇ ਵਿੱਚ। ਚਲੋ ਮੈਂ ਚਰਚਾ ਇੱਥੇ ਸਮਾਪਤ ਕਰਦਾ, ਅੱਗੇ ਕੀ ਆਉਂਦਾ ਸਾਡੇ ਕੋਲ ਉਸ 'ਤੇ ਵੱਖਰੀ ਡਿਬੇਟ ਕਰਾਂਗੇ। ਗੁਰਪ੍ਰੀਤ ਸਿੰਘ ਖਾਲਸਾ ਤੁਹਾਡਾ ਬਹੁਤ ਧੰਨਵਾਦ, ਰਾਜੂ ਵਿਲੀਅਮ ਤੁਹਾਡਾ ਬਹੁਤ ਧੰਨਵਾਦ, ਅਮਰਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ, ਹਰਸਿਮਰਨ ਸਿੰਘ ਤੁਸੀਂ ਬਹੁਤ ਵਿਚਾਰ ਜਿਹੜੇ ਉੱਤਮ ਰੱਖੇ ਆ, ਤੁਹਾਡਾ ਬਹੁਤ ਧੰਨਵਾਦ। ਸੰਕਟ 'ਚ ਅਕਾਲੀਆਂ ਦਾ ਇੱਕ ਸਾਡਾ ਸਵਾਲ ਇਹ ਸੀਗਾ, ਅਤੇ ਜਦੋਂ ਇਸ ਬਾਬਤ ਸਾਡੇ ਸਾਹਮਣੇ ਹੋਰ ਅਪਡੇਟ ਆਊਗੀ ਅਸੀਂ ਫਿਰ ਡਿਬੇਟ ਲੈ ਕੇ ਹਾਜ਼ਰ ਹੋਵਾਂਗੇ। ਸਿਕੰਦਰ ਸਿੰਘ ਮਲੂਕਾ ਅਤੇ ਸੁਖਦੇਵ ਸਿੰਘ ਢੀਂਡਸਾ ਦਾ ਸਵਾਲ ਵੱਡਾ ਕਿਉਂ ਹੋ ਗਿਆ, ਸਵਾਲ ਇਹੀ ਹੈ। ਬਹੁਤ ਧੰਨਵਾਦ।